ਸਿੱਧੂ ਨੇ ਗਾਣਾ ਗਾ ਕੇ ਪਾਇਆ ਸੀ ਨਾ ਜੀ, ਅਤੇ ਬੜੇ ਯੰਗ ਬਲੱਡ ਬੜਿਆਂ ਦੇ ਫੋਨ ਆਉਂਦੇ ਸੀ ਵੀ ਤੁਹਾਡਾ ਫੈਨ ਜਾਂ ਤੁਹਾਨੂੰ ਜਾਣਦਾ। ਮੈਂ ਤਾਂ ਮਿਲਿਆ ਵੀ ਨਹੀਂ ਸੀ, ਪਰ ਉਹ ਸਾਡੇ ਪਿੰਡ ਦਾ ਮੁੰਡਾ ਇੱਕ ਚੰਡੀਗੜ੍ਹ ਜਿੱਦਾਂ ਉਹਨੇ ਉਹਦੇ ਗਾਣੇ ਦੋਸਤਾਂ ਦੇ ਵਿੱਚ ਗਾੜੀ ਤੋਂ ਗਾ ਨਹੀਂ, ਜਿੱਦਾਂ ਹੁਣ ਇਹ ਗੱਲ ਚੱਲ ਰਹੀ ਸੀ ਆਪਾਂ ਗਾਣਾ ਕਰੀਏ, ਉਹਦੇ ਵੱਲੋਂ ਕੋਈ ਨਾਂਹ ਨਹੀਂ ਸੀ। ਉਹ ਕਹਿੰਦਾ ਇੱਕ ਨਹੀਂ ਦੋ ਕਰ ਲਵਾਂਗੇ ਭਾਜੀ ਲੈ। ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ, ਬੇ ਆ ਜਾ ਦਿਲ ਜਾਨੀਆਂ ਹਾਏ ਕਰ ਮਿਹਰਬਾਨੀਆਂ। ਲੋਕਾਂ ਨੇ ਇੰਨਾ ਪਿਆਰ ਦਿੱਤਾ ਇਹਨਾਂ ਗਾਣਿਆਂ ਨੂੰ, ਸ਼ਾਇਦ ਮੇਰਾ ਖਿਆਲ ਆ ਜਿਹੜੇ ਉੱਥੇ ਉਸ ਵੇਲੇ ਸਾਡੇ ਨਾਲ ਸੀ ਮਨਮੋਹਨ ਹੁਣੇ ਜਾਂ ਹਰਭਜਨ, ਸਾਰੇ ਮੁੰਡੇ ਉੱਥੇ ਔਲਰੇਡੀ ਹੈਗੇ ਸੀ ਚੀਮਾ, ਅਤੇ ਮੇਰਾ ਖਿਆਲ ਸਭ ਤੋਂ ਜਿਹੜੀ ਪਹਿਲੀ ਆਪਣੀ ਹੈ ਕੈਸਟ ਇਹ ਸਭ ਤੋਂ ਜ਼ਿਆਦਾ ਹਿੱਟ ਹੋਈ। ਮੈਂ ਚੂੜਾ ਬੈਠੀ ਖੋਲ ਵੇ ਨਾ ਜਿੰਦ ਸਾਡੀ ਰੋਲ ਵੇ। ਤੇ ਫਿਰ ਇਸ ਚੰਦਰਨ ਦਿਲ ਨੂੰ ਹੈ ਨਾ ਤੇਰਾ ਨਾਂ ਚੰਗਾ ਲੱਗੇ ਆ, ਫਿਰ ਕਦੀ ਤੇ ਹੱਸ ਬੋਲਵੇ। ਮੈਂ ਛੋਟੀ ਸੀ, ਮੈਨੂੰ ਲੱਗਦਾ ਕਿ ਮੈਂ 5-6 ਸਾਲਾਂ ਦੀ ਹੋਊਂਗੀ, ਤੇ ਮੇਰੇ ਭਰਾ ਮੇਰੇ ਤੋਂ ਵੱਡੇ ਨੇ, ਤੇ ਉਹ ਬੜਾ ਗੀਤ ਸੁਣਦੇ ਹੁੰਦੇ ਸੀ। ਭਾਵੇਂ ਸਾਡੇ ਨਾਲ ਨੀ ਤੂੰ ਕਰ ਗਈ ਏ ਠੱਗੀਆਂ, ਕਦੇ ਕਦੇ ਜਿੱਥੇ ਰਹੇ ਮਿਲਦੇ। ਉਹ ਇਦਾਂ ਹੁੰਦਾ ਵੀ ਜਦੋਂ ਵੀਡੀਓ ਬਣਦੀ, ਉਹ ਇੱਕ ਜਾਂ ਦੋ ਗਾਣੇ ਜਦੋਂ ਬਣਦੀ ਹੁੰਦੀ ਸੀ, 8 ਗਾਣੇ ਹੁੰਦੇ ਸੀ, ਤੇ ਬਹੁਤ ਵਧੀਆ ਗਾਣੇ ਵੀ ਜਿਹੜੇ ਸੀ ਉਹ ਜਿਹੜੇ ਆ ਦੱਬੇ ਜਾਂਦੇ ਸੀ। ਮੱਦੀ ਭੁੱਲਿਆ ਨਾ ਜਾਵੇ ਕਿੰਜ ਭੁੱਲੀਏ ਸਾਡੇ ਉੱਤੇ ਹੋਏ ਕਹਿਰਨੀ ਨਾਜ਼। ਉਸਤਾਦ ਜੀ ਹੁਣ ਤੇ ਆਹ ਇੱਦਾਂ ਦੀਆਂ ਮਿੱਠੀਆਂ ਆਵਾਜ਼ਾਂ ਚੱਲ ਰਹੀਆਂ, ਤੁਸੀਂ ਛੇਤੀ ਗਾਣਾ ਦਿਆ ਕਰੋ ਹੈ ਨਾ, ਅਤੇ ਆਪਾਂ ਵੀ ਚਲੋ ਉਹਨਾਂ ਸਾਰਿਆਂ ਨਾਲ ਪਿਆਰ ਆ ਇਹੋ ਜਿਹੇ ਮੁੰਡੇ। ਜੈ ਜੀ ਸ਼ਿੰਦਾ, ਅਸੀਂ ਸ਼ੁਰੂ ਤੋਂ ਇਕੱਠੇ ਹੀ ਚੱਲੇ ਹਾਂ, ਉਦੋਂ ਤੋਂ ਹੀ ਜਾਣਦੇ ਹਾਂ 90 ਤੋਂ ਹੀ ਇੱਕ ਦੂਜੇ ਨੂੰ। ਉਹ ਥਾਂ ਚੰਗਾ ਲੱਗੇ ਫਿਰ ਵੀ ਇਹ ਚੰਦਰੇ ਜੇ ਦਿਲ ਨੂੰ, ਤੇ ਦਿਲਦਾਰੀਆਂ ਉਹਦੇ ਲਈ ਮੇਰਾ ਖਿਆਲ ਇੱਕ ਮੀਲ ਪੱਥਰ ਸਾਬਤ ਹੋਈ। ਉਸ ਤੋਂ ਬਾਅਦ ਉਹਦਾ ਸਾਰਾ ਕੁਝ ਚੇਂਜ ਹੋ ਗਿਆ, ਪਰ ਉਹ ਨਹੀਂ ਫੋਨ ਫਾਨ ਜਾਂ ਕਦੇ ਚੱਕਦੇ ਜਾਂ ਕਰਦੇ ਜਾਂ ਕਹਿਣੀ ਨਾਜ਼ ਚੂਸ ਲੈ ਬੁੱਲਾਂ ਦੇ ਨਾਲ ਆੜ ਕੇ ਹੁਸਨਾ ਦੇ ਡੰਗੇ ਜ਼ਹਿਰਨੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਐਂਡ ਬਾਲੀਵੁੱਡ ਤੜਕਾ ਪੰਜਾਬੀ, ਮੈਂ ਤੁਹਾਡੇ ਨਾਲ ਨੇਹਾ ਮਨਹਾਸ, ਔਰ ਅੱਜ ਤੁਹਾਡੇ ਨਾਲ ਉਸ ਲਿਵਿੰਗ ਲੈਜੈਂਡ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਗੀਤ ਅਸੀਂ ਆਪਣੇ ਬਚਪਨ ਤੋਂ ਸੁਣਦੇ ਆਏ ਹਾਂ। ਇਹ ਨਾ ਸੋਚੋ ਕਿ ਬਹੁਤ ਉਮਰ ਹੈ ਉਹਨਾਂ ਦੀ, ਕਿਉਂਕਿ ਉਹਨਾਂ ਨੇ ਸਟਾਰਟ ਹੀ ਜਿਹੜਾ ਹੈ 90s ਦੇ ਵਿੱਚ ਆਪਣੇ ਕਰੀਅਰ ਦੀ ਕੀਤੀ ਸੀ, ਔਰ ਉਹਨਾਂ ਦੇ ਗੀਤ ਜੋ ਹੈ ਜਿਵੇਂ ਮੈਂ ਕਿਹਾ ਕਿ ਅਸੀਂ ਵੀ ਸੁਣਦੇ ਆਏ ਹਾਂ, ਅਤੇ ਲੈਜੈਂਡ ਰਹੇ ਸਿੱਧੂ ਮੂਸੇਵਾਲਾ ਵੀ ਸੁਣਦੇ ਸੀ, ਔਰ ਪਿੱਛੇ ਜੀ ਜਦੋਂ ਸਿੱਧੂ ਨੇ ਆਪਣੇ ਟਰੈਕਟਰ 'ਤੇ ਬਹਿ ਕੇ ਲਾਈਵ ਹੋ ਕੇ ਉਹਨਾਂ ਦਾ ਗੀਤ ਤੇਰਾ ਨਾਂ ਚੰਗਾ ਲੱਗੇ ਜਿਹੜਾ ਸੁਣਿਆ, ਅਤੇ ਸਾਰੇ ਕਿਤੇ ਇਹ ਹੋ ਗਿਆ ਕਿ ਸ਼ਾਇਦ ਕੋਈ ਕੋਲੈਬ ਜਿਹੜੀ ਹੈ ਮਦਨ ਮੱਦੀ ਸਾਹਿਬ ਅਤੇ ਸਿੱਧੂ ਮੂਸੇਵਾਲੇ ਦੀ ਆਏਗੀ। ਸੋ ਓਬਵੀਅਸਲੀ ਤੁਸੀਂ ਜਾਣ ਚੁੱਕੇ ਹੋ ਮੇਰੇ ਨਾਲ ਮਦਨ ਮੱਦੀ ਜੀ ਇਸ ਵੇਲੇ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਸਰੋਤੇ ਜਿੱਥੇ ਜਿੱਥੇ ਵੀ ਵੱਸਦੇ ਸਾਡੇ ਪੰਜਾਬੀ ਵੀਰ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਮੈਂ ਕਿਹਾ ਕਿ ਤੁਹਾਡੇ ਗੀਤ ਤਾਂ ਅਸੀਂ ਸੁਣਦੇ ਹੀ ਆਏ ਹਾਂ, ਕਿਉਂਕਿ ਤੁਸੀਂ 90s ਦੇ ਟਾਈਮ ਦੇ ਵਿੱਚ ਆਪਣਾ ਕਰੀਅਰ ਸਟਾਰਟ ਕੀਤਾ ਹੈ ਬਤੌਰ ਗਾਇਕ, ਹੈ ਨਾ। ਉਸ ਤੋਂ ਪਹਿਲਾਂ ਤੁਸੀਂ ਲਿਖਣੇ ਤਾਂ ਪਹਿਲੇ ਸੀਗੇ ਗਾਣੇ ਆਪਣੇ ਜਿਹੜੇ, ਥੋੜ੍ਹਾ ਬਹੁਤਾ ਲਿਖਦਾ ਸੀ
ਅਤੇ ਜਾਂ ਬੇਸਿਕਲੀ ਮੈਂ ਬੜੇ ਵਾਰੀ ਦੱਸਿਆ ਵੀ ਮੈਂ ਜ਼ਿਆਦਾ ਇੰਟਰਸਟ ਖੇਡਣ ਦੇ ਵਿੱਚ ਕਬੱਡੀ ਤੁਸੀਂ ਖੇਡਦੇ ਕਬੱਡੀ ਅਥਲੈਟਿਕਸ ਹਾਂਜੀ ਅਥਲੈਟਿਕਸ ਦੇ ਵਿੱਚੋਂ ਗੋਲਡ ਮੈਡਲ ਸੀ ਪੰਜਾਬ ਦੇ ਵਿੱਚੋਂ ਹਾਂਜੀ ਸਕੂਲਸ ਦੇ ਵਿੱਚੋਂ 100 ਮੀਟਰ ਰੇਸ ਦੇ ਵਿੱਚ ਹਾਂਜੀ ਹਾਂਜੀ ਕਬੱਡੀ ਵੀ ਤੁਹਾਡੀ ਵੇਵ ਕਬੱਡੀ ਹਾਂਜੀ ਹਾਂਜੀ ਨੈਸ਼ਨਲ ਐਂਡ ਪੰਜਾਬ ਸਟਾਈਲ ਤੁਸੀਂ ਪੰਜਾਬ ਦੋਨੇ ਹਾਂ ਪੰਜਾਬ ਸਟਾਈਲ ਨੈਸ਼ਨਲ ਸਟਾਈਲ ਸਾਰੇ ਹਾਂਜੀ ਜੀ ਤਾਂ ਉਸ ਤੋਂ ਬਾਅਦ ਜਦੋਂ ਤੁਹਾਡਾ ਸਫ਼ਰ ਸ਼ੁਰੂ ਹੁੰਦਾ ਹੈ 90s ਦੇ ਵਿੱਚ ਕਹਿ ਲਈਏ ਬਤੌਰ ਗਾਇਕ ਹੈ ਨਾ ਗਾਣੇ ਬੈਕ ਟੂ ਬੈਕ ਜਿਹੜੇ ਆ ਸੁਪਰ ਹਿੱਟ ਹੁੰਦੇ ਰਹੇ ਅਤੇ ਉਹ ਟਾਈਮ ਜਿਹੜਾ ਸੀਗਾ ਉਸ ਟਾਈਮ ਦੇ ਵਿੱਚ ਮਦਨ ਹੋਲਾ ਲਈ ਜਾਂ ਤੁਹਾਡੇ ਲਈ ਮਤਲਬ ਕਿ ਕਿਸ ਤਰ੍ਹਾਂ ਇੱਕ ਲਾਈਫ ਚੇਂਜਿੰਗ ਪੁਆਇੰਟ ਕਿਹੜਾ ਸੀਗਾ ਔਰ ਜਦੋਂ ਗਾਣੇ ਹਿੱਟ ਹੋਏ ਆ ਤੁਹਾਡੇ ਜਿਨ੍ਹਾਂ ਦਾ ਜ਼ਿਕਰ ਮੈਂ ਹੁਣ ਵੀ ਕੀਤਾ ਹੈ ਸਟਾਰਟਿੰਗ ਦੇ ਵਿੱਚ ਹੈ ਨਾ ਹੋਰ ਬਹੁਤ ਸਾਰੇ ਗੀਤ ਸੀ ਕਦੀ ਤਾਂ ਹੱਸ ਬੋਲ ਵਿੱਚ ਅਸੀਂ ਸੁਣੀਏ ਉਹ ਗੀਤ ਬੜਾ ਵਧੀਆ ਸੀਗਾ ਜਾਂ ਫਿਰ ਜਿਹੜਾ ਗੱਡੀ ਵਾਲਾ ਹੈ ਨਾ ਗੱਡੀ ਗੀਤ ਸੀਗਾ ਉਹ ਵੀ ਬੜਾ ਲੋਕਾਂ ਨੇ ਪਸੰਦ ਕੀਤਾ ਸੋ ਉਸ ਟਾਈਮ ਦੇ ਵਿੱਚ ਕੀ ਚੀਜ਼ਾਂ ਤੁਸੀਂ ਉਸ ਵੇਲੇ ਕੀ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਸੀ ਜਾਂ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਇਹ ਬਣ ਗਿਆ ਸੀ ਹਿੱਟ ਹੋਣ ਤੋਂ ਬਾਅਦ ਨਹੀਂ ਜਿਹੜਾ ਪਹਿਲਾਂ ਜਦੋਂ ਸਟਾਰਟ ਕੀਤਾ ਉਦੋਂ ਜਿਹੜੇ ਗਾਣੇ ਹਿੱਟ ਹੋਏ ਨਾ ਉਹ ਤਾਂ ਚਲੋ ਆਪਾਂ ਸ਼ਾਇਦ ਉਦੋਂ ਆਹ ਯੁੱਗ ਹੈ ਨਹੀਂ ਸੀ ਆਪਾਂ ਮੀਡੀਆ ਦਾ ਕਿਉਂਕਿ ਉਦੋਂ ਜਿੱਦਾਂ ਪਹਿਲਾ ਜਿਹੜਾ ਗਾਣਾ ਸਮਝ ਲਓ ਵੀ ਜ਼ਿੰਦਗੀ ਦਾ ਲਿਖਿਆ ਅਤੇ ਗਾਇਆ ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ ਊਂ ਹਾਲ ਵੇ ਜਿੰਦ ਡੱਕੇ ਡੋਲੇ ਖਾਂਦੀ ਆ ਫਿਰ ਉਸ ਤੋਂ ਬਾਅਦ ਚੜ ਗਿਆ ਸੋਹਣਿਆ ਸਰੂਰ ਤੇਰੇ ਪਿਆਰ ਦਾ ਨਣਾਨ ਘੂਰ ਘੂਰ ਦੇਖਦੀ ਮੇਲੀ ਸਣੇ ਬਰਾਤੀ ਆਸ਼ਕ ਹੋ ਗਏ ਤੇਰੇ 'ਤੇ ਇਹ ਸਾਰੇ ਗਾਣੇ ਜਿਹੜੇ ਇਹ ਉਦੋਂ ਆਪਣੇ ਇਹ ਉੱਥੇ ਕਹਿ ਲਓ ਹਿੱਟ ਰਹੇ ਆ ਅਤੇ ਇਹ ਜਿਹੜੇ ਜਦੋਂ ਆਉਣ ਤੋਂ ਬਾਅਦ ਫਿਰ ਇਸ ਸੈਕਿੰਡ ਪਾਰੀ ਆਪਾਂ ਕਹਿ ਲਈਏ 2010 ਦੇ ਵਿੱਚ ਜੋ ਉੱਥੋਂ ਅਸੀਂ ਇੱਥੇ ਆ ਗਏ ਆਪਾਂ ਜੀ ਸੈਕਿੰਡ ਪਾਰੀ ਸੋ ਜਿਹੜੇ ਗਾਣੇ ਤੁਸੀਂ ਜ਼ਿਕਰ ਕੀਤਾ ਸਟਾਰਟਿੰਗ ਟਾਈਮ ਦੇ ਉਹ ਨਾਰਥ ਅਮਰੀਕਾ ਦੇ ਵਿੱਚ ਜਾਂ ਉੱਥੇ ਜਿਹੜੇ ਆ ਸੁਪਰ ਡੁਪਰ ਹਿੱਟ ਰਹੇ ਹਾਂਜੀ 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 ਸੋ ਉਸ ਵੇਲੇ ਕੀ ਜਿਵੇਂ ਕਿ ਮੈਂ ਪੁੱਛ ਰਹੀ ਹਾਂ ਕਿ ਉਸ ਵੇਲੇ ਕਿਵੇਂ ਮਾਹੌਲ ਬਣ ਗਿਆ ਸੀਗਾ ਕਿ ਤੁਸੀਂ ਤਾਂ ਖੇਡਾਂ ਦੇ ਵਿੱਚ ਸੀਗੇ ਹੈ ਨਾ ਤੁਹਾਨੂੰ ਲਿਖਣ ਦਾ ਥੋੜ੍ਹਾ ਸ਼ੌਕ ਸੀਗਾ ਅਤੇ ਗਾਉਣ ਦਾ ਵੀ ਥੋੜ੍ਹਾ ਬਹੁਤ ਸੀਗਾ ਲਿਖਣ ਦਾ ਫਿਰ ਮਾਹੌਲ ਕਿੱਦਾਂ ਬਣ ਗਿਆ ਇੰਨਾ ਜਿੱਦਾਂ ਇੰਦਰਜੀਤ ਬੈਂਸ ਜਿਹੜਾ ਮੈਨੂੰ ਲੈ ਕੇ ਗਿਆ ਸੀ ਇੱਥੋਂ ਪ੍ਰਮੋਟਰ ਸੀ ਸਰਦੂਲ ਭਾਅ ਜੀ ਦੇ ਸ਼ੋਅ ਕਰਾਏ ਸੀ ਅਤੇ ਬੇਸਿਕਲੀ ਚਲੋ ਉਹ ਸਾਰਿਆਂ 'ਚ ਕਹਿੰਦਾ ਸੀ ਵੀ ਇਹਨਾਂ ਨਾਲ ਤੂੰ ਨਹੀਂ ਆਇਆ ਇਹ ਸਾਰੇ ਤੇਰੇ ਨਾਲ ਆਏ ਆ ਵੀ ਤੇਰਾ ਕਰਕੇ ਅਸੀਂ ਇਹ ਪੰਗਾ ਲਿਆ ਸ਼ੁਭਾ ਅਤੇ ਉਹ ਫਿਰ ਲਿਖ ਤਾਂ ਮੈਂ ਲੈਂਦਾ ਸੀ ਗਾ ਵੀ ਲੈਂਦਾ ਸੀ ਉੱਥੇ ਮਤਲਬ ਕਹਿ ਲਓ ਵੀ ਇਹਨੂੰ ਤਜ਼ਰਬਾ ਕਹਿ ਲਓ ਜਾਂ ਇੱਧਰ ਨੂੰ ਤੁਰੇ ਹਾਂ ਪਰ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਇਹਨਾਂ ਗਾਣਿਆਂ ਨੂੰ ਸ਼ਾਇਦ ਮੇਰਾ ਖਿਆਲ ਆ ਜਿਹੜੇ ਉੱਥੇ ਉਸ ਵੇਲੇ ਸਾਡੇ ਨਾਲ ਸੀ ਮਨਮੋਹਨ ਹੁਣੀ ਜਾਂ ਹਰਭਜਨ ਸਾਰੇ ਮੁੰਡੇ ਉੱਥੇ ਔਲਰੇਡੀ ਹੈਗੇ ਸੀ ਚੀਮਾ ਅਤੇ ਮੇਰਾ ਖਿਆਲ ਸਭ ਤੋਂ ਜਿਹੜੀ ਪਹਿਲੀ ਆਪਣੀ ਹੈ ਕੈਸਟ ਆ ਇਹ ਸਭ ਤੋਂ ਜ਼ਿਆਦਾ ਹਿੱਟ ਹੋਈ ਹੈ ਹਾਂ ਇਹ ਬਹੁਤ ਜ਼ਿਆਦਾ ਮਤਲਬ ਪਾਪੂਲਰ ਨੌਰਥ ਅਮਰੀਕਾ 'ਚ ਰੀਲ ਹੋਈ ਇਸ ਗਾਣਾ ਜਿਹਦੇ ਵਿੱਚ ਛੱਲੇ ਮੁੰਦੀਆਂ ਸੀ ਹਾਲਾਂਕਿ ਇੱਥੇ ਵੀ ਉਸ ਟਾਈਟਲ ਦੇ ਨਾਲ ਗੰਦ ਗੀਤ ਨਹੀਂ ਆਇਆ ਉਹ ਚੱਕਰ ਚਲੋ ਇੱਦਾਂ ਵਾਰ ਵਾਰ ਉਹ ਗੱਲਾਂ ਕਈ ਵਾਰੀ ਆਪਣੇ ਦੂਸਰੇ ਸੁਣਨ ਵਾਲੇ ਕਹਿ ਦਿੰਦੇ ਆ ਵੀ ਤੁਹਾਡਾ ਰੱਬ ਭਲਾ ਕਰੇ ਤੇ ਫਿਰ ਉਹ ਅਹੂਜਾ ਸਾਹਿਬ ਕਹਿੰਦੇ ਵੀ ਸਾਨੂੰ ਪਤਾ ਵੀ ਤੂੰ ਕੋਈ ਗਾਣਾ ਕਹਿੰਦੇ ਲਿਖਦਾ ਵੀ ਆ ਤੇ ਮੈਂ ਉਦੋਂ ਫਿਰ ਸੈਨ ਹੋਜ਼ੇ ਇਹਨਾਂ ਨੂੰ ਇਹ ਗੀਤ ਸੁਣਾਇਆ ਸੀ ਤੇ ਉਹ ਫਿਰ ਸਾਡੇ ਨਾਲ ਜਿਹੜੇ ਤੁਹਾਡਾ ਬੂਟਾ ਮਮਨ ਢੋਲਕ 'ਤੇ ਸੀ ਉਦੋਂ ਇਹਦਾ ਹਾਂਜੀ ਇਹਦਾ ਪੰਛੀ ਨਾਲ ਬੜਾ ਜ਼ਰਾਨਾ ਸੀ
ਉਦੋਂ ਆ ਮੀਡੀਆ ਦਾ ਯੁੱਗ ਨਹੀਂ ਸੀ ਵੀ ਅੱਜ ਇੱਥੇ ਗਾਣਾ ਗਾਇਆ ਸਾਰੇ ਪਤਾ ਲੱਗ ਗਿਆ, ਤਾਂ ਉਹ ਫਿਰ ਇਹਨੇ ਇਹਨੂੰ ਲਿਖਾ ਲਿਖੂ ਦਿੱਤਾ, ਉਹਨੇ ਇੱਧਰ ਗਾ ਦਿੱਤਾ ਅਤੇ ਸਾਨੂੰ ਕਈਆਂ ਨੇ ਕਿਹਾ ਵੀ ਤੁਹਾਡਾ ਗਾਣਾ ਉੱਧਰ ਗਾ ਦਿੱਤਾ, ਪਰ ਉਦੋਂ ਇੰਨਾ ਨਾ ਤਾਂ ਸਾਨੂੰ ਇਹ ਪਤਾ ਵੀ ਨਹੀਂ ਸੀ ਵੀ ਇਹ ਗਾਣਾ ਇੰਨਾ ਚੱਲ ਜਾਣਾ, ਬਸ ਇੱਦਾਂ ਹੀ ਸਾਰਾ ਕੁਛ ਹੋ ਗਿਆ। ਤੁਸੀਂ ਜਦੋਂ ਹਾਲ ਹੀ ਦੇ ਵਿੱਚ ਅਹੂਜਾ ਸਾਹਿਬ ਨੂੰ ਮਿਲੇ ਤਾਂ ਤੁਸੀਂ ਉਹਨਾਂ ਨੂੰ ਮਜ਼ਾਕ ਦੇ ਵਿੱਚ ਕਿਹਾ ਵੀ ਕਿ ਹੋਰ ਜੇ ਮੈਂ ਗਾਣਾ ਤਾਂ ਕਰ ਲੈਣਾ ਪਰ ਕਿਸੇ ਹੋਰ ਨੂੰ ਨਾ ਗਵਾ ਦੇ। ਇਹ ਥੋੜ੍ਹੀ ਜਿਹੀ ਗੱਲ ਹੈ, ਇਹ 2 ਮਹੀਨੇ ਪਹਿਲਾਂ ਮੈਂ ਕਿਹਾ ਚਲੋ ਇਕੱਠੇ ਰਹੇ ਵੀ ਹਾਂ ਮਿਲੇ ਵੀ ਹਾਂ, ਫਿਰ ਮੈਂ ਉਹਨਾਂ ਨੂੰ ਮਿਲਣ ਗਿਆ ਅਤੇ ਉਹ ਕਹਿੰਦੇ ਵੀ ਮਦਨ ਉੱਦਾਂ ਦਾ ਗੀਤ ਕੋਈ ਦੇ ਯਾਰ ਛੱਲੇ ਮੁੰਦੀਆਂ ਵਰਗਾ, ਅਤੇ ਮੈਂ ਕਿਹਾ ਵੀ ਕਿਸੇ ਕੋਲ ਗਾਉਣਾ, ਚਲੋ ਉਹਨਾਂ ਨੇ ਕਿਹਾ ਨਹੀਂ ਉਹ ਇੱਦਾਂ ਇੱਦਾਂ, ਮੈਂ ਕਿਹਾ ਚਲੋ ਕੇਲੀ ਬੈਠ ਜਿਹੜੀ ਗੱਲ ਜਿਹੜੀ ਗੱਲ ਹੋ ਗਈ ਹੈ ਨਾ, ਜਿਹਦੇ ਹਿੱਸੇ ਜਿਹੜੀ ਚੀਜ਼ ਲਿਖੀ ਸੀ ਉਹਨੇ ਉਹ ਕਰ ਦਿੱਤੀ ਹੈ ਨਾ। ਪਰ ਉਹਨੇ ਉਹ ਦੇਖੋ ਉਹ ਗਾਣਾ ਮੈਂ ਗਾਇਆ, ਨੌਰਥ ਅਮਰੀਕਾ 'ਚ ਮੈਂ ਉਹਦੇ ਨਾਲ ਜਾਣਿਆ ਗਿਆ, ਪੰਛੀ ਨੂੰ ਸਾਰੀ ਉਮਰ ਦੀਆਂ ਇੱਥੇ ਰੋਟੀਆਂ ਮਿਲੀਆਂ, ਅਤੇ ਪਾਰਸ ਨੇ ਗਾਇਆ ਉਹ ਵੀ ਹਿੱਟ, ਭਾਵ ਕਹਿਣ ਤੋਂ ਕੁਝ ਗਾਣੇ ਇੱਦਾਂ ਦੇ ਹੁੰਦੇ ਆ, ਉਹ ਸਾਰੇ ਥਾਂ ਹੀ ਉਹ ਗਾਣਾ ਬਹੁਤ ਵਧੀਆ ਰਿਹਾ। ਵੈਸੇ ਤਾਂ ਕਹਿੰਦੇ ਕਿ ਮਤਲਬ ਦਾਣੇ ਦਾਣੇ 'ਤੇ ਲਿਖਿਆ ਹੁੰਦਾ ਨਾ ਖਾਣੇ ਵਾਲੇ ਦਾ ਨਾਮ, ਅਤੇ ਮੈਨੂੰ ਲੱਗਦਾ ਇਸ ਗੀਤ 'ਤੇ ਤਾਂ ਸਾਰਿਆਂ ਦਾ ਨਾਂ ਲਿਖਿਆ ਹੋਇਆ ਸੀ, ਤਿੰਨਾਂ ਦਾ ਨਾਂ ਲਿਖਿਆ ਹੋਇਆ ਸੀ। ਹਾਂਜੀ, ਪਰ ਚਲੋ ਦੁੱਖ ਹੁੰਦਾ ਵੀ ਜਿੱਦਾਂ ਅਸੀਂ ਮਹਿਫਲਾਂ 'ਚ ਗਾਉਂਦੇ ਰਹੇ ਅਹੂਜਾ ਸਾਹਿਬ ਨੇ ਮੇਰਾ ਨਾਂ ਲੈ ਕੇ ਗਾਉਣਾ ਹੈ ਨਾ ਇਹ ਗੀਤ, ਅਤੇ ਉਸ ਤੋਂ ਬਾਅਦ ਫਿਰ ਜਦੋਂ ਇੱਥੇ ਕਿਸੇ ਕੋਲ ਗਵਾਇਆ ਬੰਦਾ ਹਰ ਵੇਲੇ ਜਾਂ ਹਰ ਟਾਈਮ ਜਾਂ ਕਹਿ ਲੋ ਵੀ ਚਾਹ ਕੇ ਨਹੀਂ ਲੈ ਸਕਦਾ ਮੈਂ ਹਿੱਟ ਚੀਜ਼ ਲਿਖਣ ਲੱਗਾ, ਉਹ ਤੇ ਕੁਦਰਤੀ ਹੈ ਨਾ ਪਰਮਾਤਮਾ ਵੱਲੋਂ, ਕਿਤੇ ਉਹਦੀ ਆਮਦ ਹੁੰਦੀ ਜਦੋਂ ਤੇ ਫਿਰ ਇਦਾਂ ਦੇ ਬੋਲ ਕਿਤੇ ਲਿਖੇ ਜਾਂਦੇ ਤੇ ਹਿੱਟ ਹੁੰਦੇ। ਮੈਂ ਚਾਹੂੰਗੀ 2 ਲਾਈਨਾਂ ਪਲੀਜ਼ ਛੱਲੇ ਮੁੰਦੇ ਦੀ। ਦੇਖੋ ਨੀ ਦੇਖੋ ਨੀ ਮੁੰਡਾ ਹੋ ਗਿਆ ਸ਼ਦਾਈ, ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ, ਦੱਸੂਗਾ ਮੁਹੱਬਤਾਂ ਨੀ ਕਿੰਜ ਹੁੰਦੀਆਂ, ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ ਨੀ ਭੈੜਾ ਛੱਲੇ ਮੁੰਦੀਆਂ ਨੀ ਭੈੜਾ ਛੱਲੇ ਮੁੰਦੀਆਂ, ਉਹ ਦਿਲ ਵੱਟੇ ਦਿਲ ਜਾਂ ਤੂੰ ਦੇ ਸੋਹਣਿਆ, ਐਵੇਂ ਨਾ ਰੁਲਾ ਦੀ ਜਿੰਦ ਖੇ ਸੋਹਣਿਆ, ਬੇ ਜਿੰਦ ਖੇ ਸੋਹਣਿਆ, ਖੇ ਰੁਲੇ ਦਿਲਾਂ ਦੀਆਂ ਗੱਲਾਂ ਹੁੰਦੀਆਂ, ਵੇ ਦਿਲ ਵੱਟੇ ਦੇ ਵੇ ਭੈੜਾ ਛੱਲੇ ਹੁੰਦੀਆਂ। ਤੁਹਾਡੇ ਤਾਂ ਐਵਰਗ੍ਰੀਨ ਗਾਣੇ ਆ, ਅਸੀਂ ਕਦੀ ਵੀ ਸੁਣ ਸਕਦੇ ਹਾਂ। ਫਿਰ ਇਸ ਚੰਦਰਨ ਦਿਲ ਨੂੰ ਹੈ ਨਾ ਤੇਰਾ ਨਾਂ ਚੰਗਾ ਲੱਗੇ, ਫਿਰ ਕਦੀ ਤੇ ਹੱਸ ਬੋਲਵੇ। ਮੈਂ ਛੋਟੀ ਸੀ, ਮੈਨੂੰ ਲੱਗਦਾ ਕਿ ਮੈਂ 5-6 ਸਾਲਾਂ ਦੀ ਹੋਊਂਗੀ, ਤੇ ਮੇਰੇ ਭਰਾ ਮੇਰੇ ਤੋਂ ਵੱਡੇ ਨੇ, ਤੇ ਉਹ ਬੜਾ ਗੀਤ ਸੁਣਦੇ ਹੁੰਦੇ ਸੀ, ਵੀਡੀਓ ਦੇ ਨਾਲ ਆਉਂਦਾ ਸੀ ਗੀਤ, ਮੈਨੂੰ ਹਜੇ ਵੀ ਇਹ ਫਲੈਸ਼ਬੈਕ ਜੀ ਹੁੰਦੀ ਹੈ ਕਿ ਗਾਣਾ ਚੱਲ ਰਿਹਾ ਹੈ ਕੁੜੀ ਉਹ ਜਿਹੜਾ ਹੈ ਰੂਫ ਟੋਪ ਤੇ ਜਿਹੜੀ ਪਾਰਟੀ ਚੱਲ ਰਹੀ ਹੈ ਉੱਥੇ ਗਾਣਾ ਗਾ ਰਹੇ ਹੈ ਨਾ, ਇੱਦਾਂ ਦੀ ਵੀਡੀਓ ਸੀਗੀ, ਤੇ ਉਹ ਲੋਕਾਂ ਨੇ ਹਾਂ ਕਦੇ ਤੇ ਹੱਸ ਬੋਲਵੇ, ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਉਸ ਗੀਤ ਨੂੰ ਵੀ, ਤੇ ਹਜੇ ਵੀ ਉਹ ਫਲੈਸ਼ਬੈਕ ਜਿਹੜੀ ਹੈ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਹੋਏਗੀ ਉਹਨਾਂ ਗੀਤਾਂ ਦੀ। ਤੁਸੀਂ ਮੈਂ ਜਦੋਂ ਮੈਂ ਕਿਹਾ ਕਿ ਖੇਡਾਂ ਨਾਲ ਵੀ ਤੁਸੀਂ ਰਹੇ ਹੋ ਹੈ ਨਾ, ਤੁਹਾਡਾ ਬਹੁਤ ਵਧੀਆ ਤਾਲੁਕ ਰਿਹਾ, ਹਜੇ ਇੰਨੀ ਉਮਰ ਤਾਂ ਨਹੀਂ ਹੋਈ ਹੈ ਨਾ, ਇੱਕ ਬੰਦੇ ਜਿਹੜੀ ਚਾਹਤ ਹੁੰਦੀ ਹੈ ਹਮੇਸ਼ਾ ਦਿਲ ਦੇ ਵਿੱਚ ਰਹਿੰਦੀ ਹੈ, ਹਜੇ ਵੀ ਤੁਸੀਂ ਜਾਣਦੇ ਹੋ ਕਿਤੇ ਕਬੱਡੀ ਦੇ ਜਿੱਥੇ ਮੈਚ ਹੁੰਦੇ ਆ। ਨਹੀਂ ਉਦਾਂ ਇੰਟਰਸਟ ਹੈ ਦੇਖਣ 'ਚ ਆ ਦੇਖਣ ਦਾ, ਚਲੋ ਐਥਲੈਟਿਕਸ ਕਬੱਡੀ ਹਾਂਜੀ, ਪਰ ਹੁਣ ਇਹ ਕਿਉਂਕਿ ਕੋਈ ਵੀ ਚੀਜ਼ ਅੱਜ ਉਹਨੂੰ ਉਹਦੀ ਕੰਟੀਨਿਊਟੀ ਰਹਿੰਦੀ ਤੇ ਫੇਰ ਹੀ ਹੈ ਨਾ, ਫੇਰ ਹੀ ਹੈ ਬਿਲਕੁਲ ਹਾਂ। ਇਹ ਤਾਂ ਪਰ ਮਿਸ ਕਰਦੇ ਹੋ ਉਸ ਟਾਈਮ ਨੂੰ ਉਦੋਂ ਜਿਸ ਤਰ੍ਹਾਂ ਹੁਣ ਆ ਨਾ ਗਾਇਕੀ ਦਾ ਦੌਰ ਬਦਲਿਆ ਹੋਇਆ, ਇਸੇ ਤਰ੍ਹਾਂ ਹੀ ਉਦੋਂ ਵੀ ਜਿਹੜਾ ਪਿੰਡਾਂ ਦੇ ਵਿੱਚ ਜਾਂ ਮੇਲਿਆਂ 'ਚ
ਕਬੱਡੀ ਦਾ ਵੀ ਇੱਦਾਂ ਦਾ ਦੌਰ ਸੀ ਵੀ ਸ਼ੀਲਡਾਂ ਅਤੇ ਬਨੈਨਾਂ ਦੇ ਦੇਣੀਆਂ ਅਤੇ ਹੁਣ ਤਾਂ ਜਿਹੜੇ ਪਲੇਅਰ ਆ ਬਹੁਤ ਅੱਛੇ ਪੈਸੇ ਕਮਾ ਰਹੇ, ਬਹੁਤ ਵਧੀਆ, ਅਤੇ ਉਦੋਂ ਦਾ ਅਤੇ ਹੁਣ ਦਾ ਤਾਂ ਵੈਸੇ ਬੜਾ ਫਰਕ ਆ। ਕੁਝ ਚੀਜ਼ਾਂ ਦੇ ਲਈ ਨਾ ਲੋਕ ਵੇਟ ਕਰਦੇ ਹੁੰਦੇ ਆ ਕਿ ਸਾਡੀ ਭਾਈ ਅਸੀਂ ਫਲਾਣੇ ਕੰਮ 'ਚ ਹੈਗੇ ਹਾਂ, ਸਾਡੀ ਰਿਟਾਇਰਮੈਂਟ ਹੋ ਜਾਣੀ ਹੈ ਨਾ, ਪਰ ਜਿਹੜੇ ਕੰਮ 'ਚ ਤੁਸੀਂ ਹੋ ਨਾ ਉੱਥੇ ਰਿਟਾਇਰਮੈਂਟ ਵਰਗੀ ਕੋਈ ਚੀਜ਼ ਨਹੀਂ। ਨਹੀਂ, ਮੈਂ ਤੁਹਾਨੂੰ ਇਹ ਗੱਲ ਦੱਸਦਾ ਵਾਂ, ਅਸੀਂ ਨਾ ਕਾਫੀ ਦੇਰ ਪਹਿਲਾਂ ਦੀ ਗੱਲ ਆ, ਕੈਲੀਫੋਰਨੀਆ ਜਗਤ ਸਿੰਘ ਜੱਗਾ ਜੀ ਨੂੰ ਅਸੀਂ ਮਿਲੇ, ਸ਼ਾਇਦ ਤੁਸੀਂ ਜਾਣਦੇ ਹੋ, ਤਾਂ ਨਹੀਂ ਰਹੇ ਮੇਰਾ ਖਿਆਲ ਦੁਨੀਆ 'ਚ ਹੁਣ। ਅਤੇ ਮੈਂ ਕਿਹਾ ਵੀ ਅੰਕਲ ਜੀ ਤੁਹਾਡੀ ਏਜ ਕਿੰਨੀ ਆ? ਕਹਿੰਦਾ ਵੀ ਕਾਕਾ ਦੇਖ ਮੇਰੀ ਸੁਣ ਗੱਲ, ਪਹਿਲਾਂ ਦੇ ਗਾਉਣ ਵਾਲਿਆਂ ਦੀ ਕਦੀ ਉਮਰ ਨਹੀਂ ਪੁੱਛੀ ਗਈ। ਅਤੇ ਵੈਸੇ ਕਹਿੰਦਾ ਹੁਣ ਤੂੰ ਵੀ ਗਾਉਣ ਨਾਲ ਵਾਪਸ ਤਾਂ, ਪਰ ਮੈਂ ਉੱਦਾਂ 87 ਈਅਰ ਓਲਡ ਲੱਗ ਗਿਆ ਉਦੋਂ ਵੀ ਸਟੇਜ ਕਰਦੇ ਸੀਗੇ, ਬਿਲਕੁਲ। ਹਾਂਜੀ, ਅਤੇ ਹੁਣ ਚਲੋ ਸਾਡੇ ਵਿੱਚ ਇੱਕ ਇੱਦਾਂ ਦੇ ਕਲਾਕਾਰ ਆ ਜਿੱਦਾਂ ਸਦੀਕ ਸਾਹਿਬ, ਮੇਰਾ ਖਿਆਲ ਆ ਉਹ ਸਭ ਤੋਂ ਪੁਰਾਣੇ ਉਹੀ ਹੋਣੇ ਆ, ਮੁਹੰਮਦ ਸਦੀਕ ਜੀ, ਤੋ ਸਟਿਲ ਅਜੇ ਵੀ ਕਰਦੇ ਸਟੇਜਾਂ। ਬਟ ਮੈਂ ਜਿੱਦਾਂ ਕਿਹਾ ਕਿ ਇਸ ਫੀਲਡ ਦੇ ਵਿੱਚ ਰਿਟਾਇਰਮੈਂਟ ਨਹੀਂ ਹੈ। ਹਾਂਜੀ ਹਾਂਜੀ, ਇੱਕ ਗਾਇਕ ਦੀ ਹਮੇਸ਼ਾ ਹਸਰਤ ਰਹਿੰਦੀ ਹੈ ਕਿ ਮੈਂ ਗਾਣੇ ਕੱਢਦਾ ਹੀ ਰਵਾਂ, ਹੈ ਨਾ? ਬਿਲਕੁਲ ਬਿਲਕੁਲ। ਤੇ ਇਹ ਤੁਸੀਂ ਵੀ ਗਾਣੇ ਓਬਵੀਅਸਲੀ ਕੱਢਦੇ ਹੋ, ਤੁਸੀਂ ਅਨਾਊਂਸ ਵੀ ਪਿੱਛੇ ਜੀ ਮੈਂ ਇੱਕ ਇੰਟਰਵਿਊ ਸੁਣਿਆ, ਤੁਸੀਂ ਕਿਹਾ ਸੀ ਕਿ ਸਾਡਾ ਪਾਰਟ 2 ਆਉਣਾ ਹੈ। ਹਾਂਜੀ, ਇੱਕ ਤੇ 13 ਨਾ 2, ਹਾਂਜੀ 13 ਤੇ ਰੈਡੀ ਹੈ ਜੀ, ਉਹਦਾ ਵੀਡੀਓ ਵੀ ਹੋ ਗਿਆ ਅਤੇ ਰਿਕਾਰਡਿੰਗ ਵੀ ਹੋ ਗਈ, ਸਾਰਾ ਕੁਝ ਓਕੇ ਆ। ਅਤੇ ਇੱਕ ਦੋ ਗੀਤ ਹੋਰ ਆ, ਇੱਕ ਜਿੱਦਾਂ ਡਿਊਟ ਆ ਅਤੇ ਇੱਕ ਸੋਲੋ ਗੀਤ ਆ ਮੇਰਾ, ਡਾਂਸਿੰਗ ਸੌਂਗ ਆ। ਇਹ ਸਾਰੇ ਗਾਣੇ 2-3 ਆਪਾਂ 2-4 ਮਹੀਨੇ ਦੇ ਵਿੱਚ ਦੇ ਦਾਂਗੇ ਆਪਾਂ। ਤੁਸੀਂ ਫਿਰ ਇਹ ਵੀ ਚੀਜ਼ ਦਾ ਨੋਟਿਸ ਰੱਖਦੇ ਹੋ ਕਿ ਯਾਰ ਅੱਜ ਦੀ ਜਨਰੇਸ਼ਨ ਕੀ ਸੁਣਦੀ ਹੈ? ਮੈਂ ਉਸ ਹਿਸਾਬ ਨਾਲ ਲਿਖਾਂ, ਜਾਂ ਤੁਹਾਨੂੰ ਹੁੰਦਾ ਕਿ ਜਿਹੜੇ ਗੀਤ ਮੇਰੇ ਜਿਸ ਤਰ੍ਹਾਂ ਦੇ ਪਹਿਲੇ ਟੇਸਟ ਸੀਗੇ ਮੈਂ ਉਸੇ ਟੇਸਟ ਦੀ ਆਪਣੀ ਆਡੀਅੰਸ ਨੂੰ ਦੇਣੇ ਆ ਗੀਤ? ਨਹੀਂ, ਜਿਹੜੇ ਤਾਂ ਮੇਰੇ ਆਪਣੇ ਲਿਖੇ ਹੁੰਦੇ ਆ ਨਾ, ਉਹ ਤਾਂ ਕਈ ਵਾਰੀ ਪਤਾ ਲੱਗ ਜਾਂਦਾ ਸੁਣਨ ਵਾਲਿਆਂ ਨੂੰ ਵੀ ਇਹ ਗਾਣਾ ਉਹਦਾ ਲਿਖਿਆ। ਅਤੇ ਕੋਸ਼ਿਸ਼ ਤਾਂ ਹੈ ਥੋੜ੍ਹਾ ਮਿਊਜ਼ਿਕ, ਦੇਖੋ ਬੋਲ ਨਹੀਂ ਚੇਂਜ। ਮੋਸਟਲੀ ਤੁਸੀਂ ਦੇਖ ਲਓ ਜਿੰਨੇ ਵੀ ਸਾਡੇ ਜਿੰਨੇ ਵੀ ਵੀਰ ਹਿੱਟ ਆ, ਉਹਨਾਂ ਦੇ ਜਿਹੜੇ ਨਾ ਬੋਲ ਆ, ਬੋਲ ਜਿਹੜੇ ਆ ਉਹ ਤਾਂ ਉਹੀ ਆਪਣੇ ਰਹਿਣੇ, ਠੇਠ ਪੰਜਾਬੀ ਅਤੇ ਵਧੀਆ ਅੱਛੇ ਬੋਲ ਆ। ਚਲੋ ਕਈ ਗਾਣੇ ਹੈਗੇ ਆ ਜਿਨ੍ਹਾਂ ਦੇ ਵਿੱਚ ਕਾਫੀ ਅੱਧੀ ਪਚੱਧੀ ਇੰਗਲਿਸ਼ ਹੁੰਦੀ ਆ ਜੀ, ਹੈ ਨਾ, ਪਰ ਸੋ ਫਾਰ ਮੇਰਾ ਖਿਆਲ ਮਿਊਜ਼ਿਕ ਥੋੜ੍ਹਾ ਚੇਂਜ ਹੋ ਸਕਦਾ, ਕੰਪੋਜੀਸ਼ਨਾਂ ਦਾ ਫਰਕ ਹੋ ਸਕਦਾ, ਬੋਲਾਂ ਦਾ ਤਾਂ ਨਹੀਂ। ਅੱਜ ਕੱਲ੍ਹ ਜਿਹੜੇ ਸਿੰਗਰਸ ਹੈ ਉਹ ਜ਼ਿਆਦਾਤਰ ਆਪਣੇ ਆਪ ਦੇ ਲਿਖੇ ਗੀਤ ਹੀ ਗਾਉਂਦੇ ਨੇ, ਹੈ ਨਾ, ਵੱਡੇ ਵੱਡੇ ਨਾਮ 'ਚ ਹੈਗੇ, ਹੈ ਨਾ, ਬਹੁਤ ਵਧੀਆ ਲਿਖਣ ਵਾਲੇ ਜੀ, ਬੜੇ ਵਧੀਆ ਗਾਉਣ ਵਾਲੇ ਮੁੰਡੇ 'ਚ ਕੋਈ ਦੋਰਾ। ਪਿਛਲੇ ਦਿਨੀ ਜਸਬੀਰ ਗੁਣਾ ਚੋਰੀਆਂ ਹੋਣਾਂ ਨਾਲ ਸਾਡੀ ਗੱਲਬਾਤ ਹੋਈ, ਹੈ ਨਾ, ਉਹਨਾਂ ਦਾ ਵੀ ਗੀਤ ਗਾਇਆ ਸੀ। ਹਾਂਜੀ, ਉਹ ਕਿਹੜਾ ਗੀਤ ਸੀਗਾ? ਗਾਣਾ ਬੜਾ ਅੱਛਾ ਸੀ, ਸੈਡ ਗੀਤ ਸੀ, ਮੈਨੂੰ ਯਾਦ ਨਹੀਂ ਹੋਣਾ ਹੁਣ, ਇਸ ਵੇਲੇ ਯਾਦ ਨਹੀਂ ਆ ਰਿਹਾ। ਅਤੇ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਅਤੇ ਮੈਂ ਜਦੋਂ ਲਿਰਿਸਿਸ ਦੀ ਗੱਲ ਹੋਈ ਤਾਂ ਕਹਿੰਦੇ ਕਿ ਲਿਖਦੇ ਬਹੁਤ ਸੋਹਣੇ। ਹਾਂਜੀ, ਕਿਸੇ ਹੋਰ ਦੇ ਜੋ ਗਲੇ ਦਾ ਸ਼ਿੰਗਾਰ ਬਣ ਗਈ ਆ ਉਹਨਾਂ ਬਾਹਾਂ 'ਚ ਕੀ ਆਉਣਾ, ਇੱਦਾਂ ਦਾ ਕਰਕੇ ਸੀ ਗਾਣਾ, ਬਹੁਤ ਵਧੀਆ ਗਾਣਾ ਸੀ, ਪਰ ਮਿਊਜ਼ਿਕ ਵੀ ਬਾ ਕਮਾਲ ਸੀ ਉਹਦਾ ਜੀ। ਉਹ ਇੱਦਾਂ ਹੁੰਦਾ ਵੀ ਜਦੋਂ ਵੀਡੀਓ ਬਣਦੀ ਉਹ 1 ਜਾਂ 2 ਗਾਣੇ ਦੇ ਉਦੋਂ ਬਣਦੀ ਹੁੰਦੀ ਸੀ, 8 ਗਾਣੇ ਹੁੰਦੇ ਸੀ ਅਤੇ ਬਹੁਤ ਵਧੀਆ ਗਾਣੇ ਵੀ ਜਿਹੜੇ ਸੀ ਉਹ ਜਿਹੜੇ ਆ ਦੱਬੇ ਜਾਂਦੇ ਸੀ। ਅਤੇ ਹੁਣ ਤਾਂ ਆਪਣੇ ਮੁੰਡੇ ਸਿੰਗਰ ਜਿਹੜੇ ਆ ਸਿੰਗਲ ਟਰੈਕ ਕੱਢਦੇ ਆ, ਉਹ ਜੇ ਤਾਂ ਵਧੀਆ ਆ ਗਿਆ ਮੋਹਰੇ, ਨਹੀਂ ਤਾਂ ਕੋਈ ਗੱਲ ਨਹੀਂ, ਤਾਂ ਕੋਈ ਗੱਲ। ਉਦੋਂ 8 ਗਾਣੇ ਵਧੀਆ ਲੱਭ ਕੇ ਗਾਉਣੇ, ਉਹਨਾਂ ਦੇ ਵਿੱਚੋਂ 2 ਦਾ ਵੀਡੀਓ ਮਸਾਂ ਕੰਪਨੀਆਂ ਕਰਦੀਆਂ ਹੁੰਦੀਆਂ ਸੀ,
ਅੱਜ ਕੱਲ ਤੇ ਹੈ ਕਿ ਆਡੀਓ ਪਹਿਲੇ ਪਾ ਦੋ, ਪਸੰਦ ਆਏਗਾ ਤਾਂ ਵੀਡੀਓ ਬਣਾ ਦਾਂਗੇ ਗਾਣੇ ਦੀ। ਅੱਜ ਕੱਲ ਇਹ ਸਿਸਟਮ ਚੱਲ ਬੜਾ ਕੁਝ ਚੇਂਜ ਹੋ ਗਿਆ। ਸੋ ਮੈਂ ਜਸਬੀਰ ਗੁਨਾਚੋਰੀਆ ਦੀ ਗੱਲ ਕਰ ਰਹੀ ਸੀ, ਤਾਂ ਫਿਰ ਉਹ ਕਹਿੰਦੇ ਸੀ ਕਿ ਮੈਨੂੰ ਅੱਜ ਕੱਲ ਦੇ ਜਿਹੜੇ ਨੌਜਵਾਨ ਲਿਖਦੇ ਆ ਮੈਨੂੰ ਵਧੀਆ ਲੱਗਦਾ, ਪਰ ਉਹ ਅੱਜ ਕੱਲ ਕਾਫੀ ਜਿਹੜੇ ਆ ਬੋਲਾਂ ਦੇ ਵਿੱਚ ਕਾਫੀ ਜਿਹੜੇ ਆ ਉਹ ਮਿਸ ਹੋ ਗਏ। ਤੁਸੀਂ ਵੀ ਇਹ ਚੀਜ਼ਾਂ ਫੀਲ ਕਰਦੇ ਹੋ ਕਿ ਲਿਖਣ ਦੇ ਸਟਾਈਲ ਦੇ ਵਿੱਚ ਥੋੜਾ ਜਿਹਾ ਫਰਕ ਆ ਗਿਆ? ਹਾਂਜੀ ਹਾਂਜੀ ਹਾਂਜੀ, ਬੜਾ ਨਹੀਂ, ਚਲੋ ਨਹੀਂ, ਕਈ ਤੇ ਬਹੁਤ ਅੱਛਾ ਲਿਖਦੇ, ਇਹ ਚ ਨਹੀਂ ਕੋਈ ਦੋ ਰਾਵਾਂ, ਕਿਉਂਕਿ ਅਸੀਂ ਸਾਰਿਆਂ ਨੂੰ ਤੇ ਸੁਣ ਨਹੀਂ ਨਾ ਸਕਦੇ ਜੀ, ਆਪਾਂ ਸਾਰਿਆਂ ਨੂੰ ਇੱਕ ਹੋਰ ਰੱਸੇ ਨਹੀਂ ਕੱਢ ਸਕਦੇ। ਹਾਂ ਬਿਲਕੁਲ, ਕਈ ਤੇ ਜਿਹੜੇ ਆ ਬਹੁਤ ਹੀ ਅੱਛਾ ਲਿਖਦੇ, ਵੀ ਇਹੋ ਜਿਹੀਆਂ ਤਸ਼ਬੀਹਾਂ ਜਾਂ ਇਹੋ ਜਿਹੇ ਉਹ ਅਲੰਕਾਰ ਵਰਤਦੇ ਆ ਜਿਹੜੇ ਆਪਾਂ ਨਹੀਂ ਸੁਣੇ ਕਦੇ, ਨਵੇਂ ਮੁੰਡੇ ਵਧੀਆ। ਤੁਸੀਂ ਕਿਹੜੇ ਨਵੇਂ ਗਾਇਕਾਂ ਨੂੰ ਜਾਂ ਗੀਤਕਾਰਾਂ ਨੂੰ ਜ਼ਿਆਦਾ ਸੁਣਦੇ ਹੋ, ਹੈਗੇ ਇੱਦਾਂ ਦੇ ਕੋਈ? ਨਹੀਂ ਮੈਂ ਸਪੈਸ਼ਲੀ ਨਹੀਂ, ਮੈਂ ਤਾਂ ਜਦੋਂ ਬੱਚਿਆਂ ਦੇ ਨਾਲ ਗੱਡੀ 'ਚ ਬੈਠੇ ਤਾਂ ਜਿਹੜਾ ਉਹਨਾਂ ਲਾ ਤਾ ਅਤੇ ਸੁਣ ਲਿਆ ਸੋ ਫਾਰ, ਪਰ ਜਿੰਨੇ ਕੁ ਵੀ ਆ ਅੱਛੇ ਲੱਗ ਵਧੀਆ ਲੱਗਦੇ ਆ। ਹਾਂ ਲਿਖਣੀ ਤੋਂ ਜਦੋਂ ਕਿਸੇ ਦਾ ਗਾਣਾ ਸੁਣਦੇ ਹੋ ਅੱਜ ਕੱਲ੍ਹ ਦੇ ਨੌਜਵਾਨ ਮੁੰਡਿਆਂ ਦਾ, ਫਿਰ ਤੁਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਕਿਹੜਾ ਸਿੰਗਰ ਹੈ, ਨਾਂ ਦੱਸੀ ਮਾੜਾ ਜਿਹਾ? ਹਾਂ ਇੱਦਾਂ ਅਕਸਰ ਹੁੰਦਾ, ਜਿਹੜੇ ਬਹੁਤ ਮੁੰਡੇ ਹਿੱਟ ਵਾ ਨਾ, ਹੁਣ ਯੰਗ ਬਲੱਡ ਦੇ ਵਿੱਚ ਹਿੱਟ ਆ ਪਰ ਸਾਨੂੰ ਨਹੀਂ ਪਤਾ, ਅਤੇ ਫਿਰ ਕਈ ਵਾਰੀ ਹਾਂਜੀ ਹੋ ਸਕਦਾ ਇਹ ਹੀ ਸਾਡੇ 'ਤੇ ਵੀ ਲਾਗੂ ਹੁੰਦਾ ਵੇ, ਵੀ ਜਦੋਂ ਉਹ ਨਵੇਂ ਮੁੰਡੇ ਸੁਣਦੇ ਆ ਸਾਡੀ ਆਵਾਜ਼ ਉਹਨਾਂ ਨੂੰ ਨਹੀਂ ਪਤਾ ਹੋਈ ਕਾਰਨ ਕਿਹੜਾ ਗਾ ਰਿਹਾ। ਨਹੀਂ ਪਰ ਤੁਹਾਡੀ ਆਵਾਜ਼ ਹਮੇਸ਼ਾ ਸਾਰਿਆਂ ਨੂੰ ਪਤਾ ਹੈ। ਹਾਂਜੀ ਹਾਂਜੀ, ਤੁਹਾਡੇ ਗੀਤ ਹੀ ਇੰਨੇ ਹਿੱਟ ਹੋਏ ਆ ਕਿ ਲੋਕਾਂ ਨੂੰ ਹਰ ਕਿਸੇ ਨੂੰ ਪਤਾ ਹੈ ਕਿ ਮਦਨ ਮੱਦੀ ਜੀ ਕੌਣ ਆ ਔਰ ਇਹਨਾਂ ਦੀ ਆਵਾਜ਼ ਦਾ ਇਹ ਗੀਤ ਇਹਨਾਂ ਦਾ, ਇਹਨਾਂ ਦੀ ਆਵਾਜ਼। ਹਾਂਜੀ, ਤੁਹਾਨੂੰ ਲੱਗਦਾ ਹੈ ਕਿ ਇਹ ਹਰ ਕਿਸੇ ਦੇ ਲੇਖੇ ਨਹੀਂ ਹੁੰਦਾ, ਕਿ ਬਹੁਤ ਸਾਰੇ ਇੱਦਾਂ ਦੇ ਗਾਇਕ ਵੀ ਹੈਗੇ ਜੋ ਆਏ ਜਿਨ੍ਹਾਂ ਦੇ ਗੀਤ ਇੱਕ ਅੱਧਾ ਚੱਲਿਆ ਫਿਰ ਮੁੜ ਕੇ ਉਹ ਪਤਾ ਨਹੀਂ ਲੱਗਾ ਕਿੱਥੇ ਨੇ, ਹੈ ਨਾ? ਇੱਦਾਂ ਤਾਂ ਇੱਕ ਤੁਹਾਡਾ ਰੱਪ ਲੱਗ ਰਿਹਾ, ਇਹ ਵੀ ਗੱਲ ਹੈ ਵੀ ਬਹੁਤ ਹੀ ਕਈ ਵਿਚਾਰੇ ਸਾਰੀ ਸਾਰੀ ਉਮਰ ਹੀ ਸਟਰਗਲ ਕਰਦੇ ਰਹਿੰਦੇ ਅਤੇ ਬਹੁਤ ਵਧੀਆ ਗਾਉਂਦੇ ਆ ਅਤੇ ਬਹੁਤ ਵਧੀਆ ਮਿਊਜ਼ਿਕ ਬਾਰੇ ਜਾਣਦੇ ਆ, ਪਰ ਉਹ ਤੁਹਾਡੀ ਜਿੱਦਾਂ ਤੁਸੀਂ ਕਿਹਾ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਵੀ ਕਿੱਥੇ ਆ ਉਹ। ਪਰ ਤੁਸੀਂ ਬਹੁਤ ਕੰਸਿਸਟੈਂਸੀ ਬਣਾ ਕੇ ਰੱਖੀ ਹੈ, ਲਗਭਗ 3 ਦਹਾਕੇ ਹੋ ਚੁੱਕੇ, 3 ਦਹਾਕੇ ਥੋੜ੍ਹਾ ਜਿਹਾ ਉੱਪਰ ਸਮਾਂ ਹੋ ਚੁੱਕਿਆ ਤੁਹਾਨੂੰ, ਇਹ ਕੰਸਿਸਟੈਂਸੀ ਕਿਵੇਂ ਬਣਦੀ ਹੈ? ਨਹੀਂ ਮੈਂ ਤਾਂ ਆਪਣੀ ਮਰਜ਼ੀ ਨਾਲ ਹੀ, ਮੈਂ ਸਗੋਂ ਟੂ ਲੇਟ ਚੱਲ ਰਿਹਾ ਵਾਂ। ਅੱਛਾ, ਤੁਹਾਨੂੰ ਇਹ ਲੱਗਦਾ? ਹਾਂਜੀ ਹਾਂਜੀ, ਅਤੇ ਜਿੱਦਾਂ ਅਸੀਂ ਕਿਤੇ ਬੈਠੀਏ ਤਾਂ ਮੈਨੂੰ ਜੈਜ਼ੀ ਕਿਹਨਾਂ ਦਾ ਉਹ ਅਸੀਂ ਮਤਲਬ ਕਿਸੇ ਕੋਲੋਂ ਮੈਂ ਨਹੀਂ ਸਿੱਖਿਆ ਕਿਸੇ ਕੋਲ, ਮੈਨੂੰ ਜੈਜ਼ੀ ਦਾ ਨਹੀਂ ਪਤਾ, ਅਤੇ ਉਹ ਮੈਨੂੰ ਕਿਹਨਾਂ ਦਾ ਉਸਤਾਦ ਜੀ ਹੁਣ ਤਾਂ ਆਹ ਇੱਦਾਂ ਦੀਆਂ ਮਿੱਠੀਆਂ ਆਵਾਜ਼ਾਂ ਚੱਲ ਰਹੀਆਂ ਤੁਸੀਂ ਛੇਤੀ ਗਾਣਾ ਦਿਆ ਕਰੋ, ਹੈ ਨਾ? ਅਤੇ ਆਪਾਂ ਵੀ ਚਲੋ ਉਹਨਾਂ ਸਾਰਿਆਂ ਨਾਲ ਪਿਆਰ ਆ ਇਹੋ ਜਿਹੇ ਮੁੰਡਿਆਂ ਨਾਲ, ਜੈਜ਼ੀ ਸ਼ਿੰਦਾ ਅਸੀਂ ਸ਼ੁਰੂ ਤੋਂ ਇਕੱਠੇ ਹੀ ਚੱਲੇ ਹਾਂ, ਉਦੋਂ ਤੋਂ ਹੀ ਜਾਣਦੇ ਹਾਂ 90 ਤੋਂ ਹੀ ਇੱਕ ਦੂਜੇ ਨੂੰ। ਹਾਂਜੀ, ਤੁਹਾਨੂੰ ਕੀ ਲੱਗਦਾ ਉਸ ਵੇਲੇ ਦੋਸਤੀ ਜ਼ਿਆਦਾ ਆਰਟਿਸਟਾਂ ਦੇ ਵਿੱਚ ਖਾਸ ਕਰ ਜ਼ਿਆਦਾ ਸੀਗੀ ਕਿ ਅੱਜ ਕੱਲ੍ਹ? ਨਹੀਂ ਚਲੋ ਨਹੀਂ, ਮੈਂ ਕਈ ਵਾਰੀ ਹਾਲਾਤ ਇੱਦਾਂ ਦੇ ਹੁੰਦੇ ਆ ਵੀ ਬੰਦਾ ਦੂਰੀਆਂ ਚਲੋ ਹੋ ਜਾਂਦੀਆਂ ਜਾਂ ਉਹਨਾਂ ਦੇ ਰੁਝੇਵੇਂ ਵੱਧ ਜਾਂਦੇ ਆ, ਪਰ ਇਹ ਤਾਂ ਮੇਰੇ ਖਿਆਲ ਸ਼ੁਰੂ ਤੋਂ ਚੱਲਦਾ ਆ, ਹੁਣ ਵੀ ਚੱਲੀ ਜਾ ਰਿਹਾ। ਇੰਡਸਟਰੀ ਤਾਂ ਤੁਸੀਂ ਬਹੁਤ ਦੇਖੀ ਹੈ ਇਹ ਵਾਲੀ, ਤਾਂ ਕੀ ਲੱਗਦਾ ਕਿ ਇਹ ਚੀਜ਼ਾਂ ਦਾ ਫਰਕ ਆ ਗਿਆ ਲੋਕੀ, ਤੁਹਾਨੂੰ ਕੀ ਲੱਗਦਾ ਲੋਕੀ ਪਹਿਲਾਂ ਵੀ ਮਤਲਬ ਹੀ ਸੀ ਕਿ ਅੱਜ ਕੱਲ੍ਹ ਜ਼ਿਆਦਾ ਹੋ ਗਏ ਆ? ਨਹੀਂ ਨਹੀਂ, ਇਹ ਤਾਂ ਕੰਮ ਸ਼ੁਰੂ ਤੋਂ ਹੀ ਇੱਦਾਂ ਰਿਹਾ, ਸ਼ੁਰੂ ਤੋਂ ਇੱਦਾਂ ਰਿਹਾ। ਹਾਂ ਮੈਂ ਤਾਂ ਚਲੋ ਬੜਿਆਂ ਦੇ ਨਾਲ ਇੱਦਾਂ ਘੁੰਮ ਫਿਰ ਕੇ ਦੇਖਿਆ, ਹੈ ਨਾ, ਜਿੱਦਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਕਿਉਂਕਿ ਜਿੱਦਾਂ ਹੁਣ ਚਾਹੁਣ ਵਾਲੇ ਉਹਨਾਂ ਨੂੰ ਲੱਖਾਂ ਕਰੋੜਾਂ 'ਚ ਕਈ ਵਾਰੀ ਉਹ ਅਕਸੈਪਟ ਨਹੀਂ ਕਰਦੇ ਗੱਲ ਵੀ ਅਸੀਂ, ਹੈ ਨਾ, ਜਿੱਦਾਂ ਅਮਰਿੰਦਰ ਗਿੱਲ ਦੀ ਗੱਲ ਕੀਤੀ ਸੀ ਨਾ, ਅਤੇ ਜਦੋਂ ਉਹਨੇ ਕੈਸਟ ਕੀਤੀ ਸੀ ਦਿਲਦਾਰੀਆਂ, ਅਤੇ ਚਲੋ ਉਹਨੇ ਬੜੀ ਵਾਰੀ ਆਪਣੇ ਘਰ ਗੇੜੇ ਮਾਰੇ
ਤੇ ਸ਼ਿੰਦਾ ਜੀ ਨੇ ਮੈਨੂੰ ਕਿਹਾ ਵੀ ਜਿੰਨੇ ਬੰਦੇ ਤੋਂ ਲਈ ਆਏਗਾ ਮੇਰੇ ਤੋਂ ਦੂਰ ਹੁੰਦਾ ਜਾਏਗਾ, ਪਰ ਮੈਂ ਇਸ ਬੰਦੇ ਦੀ ਕੈਸਟ ਨਹੀਂ ਕਰਨੀ। ਅਤੇ ਮੈਂ ਕਿਹਾ ਯਾਰ ਤੈਨੂੰ ਕੀ ਫਰਕ ਪੈਂਦਾ, ਇੱਕ ਵਾਰ ਦੋ ਵਾਰ ਤਿੰਨ ਵਾਰ, ਆਈ ਥਿੰਕ ਉਹ ਬੰਦਾ ਚਾਰ ਪੰਜ ਵਾਰੀ ਸਾਡੇ ਘਰ ਆਇਆ ਸੀ ਢਿਲਵਾਂ। ਉਸ ਤੋਂ ਬਾਅਦ ਫਿਰ ਮੈਂ ਇਹਨੂੰ ਬੜਾ ਜ਼ੋਰ ਦੇ ਕੇ ਮਨਾਇਆ। ਹਾਂ ਉਹ ਕਹਿੰਦਾ ਫਿਰ ਤੂੰ ਚਲੋ ਮੇਰੇ ਕੀ ਫੀਲਡ ਤੋਂ ਕਹਿ ਲਓ ਟਰੈਕ ਤੋਂ ਮੇਰੇ ਤੋਂ ਤੂੰ ਬਾਹਰ ਹੋ ਜਾਏਗਾ। ਉਹ ਮੈਂ ਕਿਹਾ ਚੱਲ ਜਿੰਨੇ ਜੋ ਬਣਨਾ ਬਣੀ ਜਾਣਾ। ਪਰ ਇੱਦਾਂ ਕਿਉਂ ਉਹਨਾਂ ਦਾ ਕੀ? ਉਸ ਤੋਂ ਬਾਅਦ ਆਈ ਡੋਨਟ ਨੋ, ਅਤੇ ਦਿਲਦਾਰੀਆਂ ਉਹਦੀ ਲਈ ਮੇਰਾ ਖਿਆਲ ਇੱਕ ਮੀਲ ਪੱਥਰ ਸਾਬਤ ਹੋਈ। ਉਸ ਤੋਂ ਬਾਅਦ ਉਹਦਾ ਸਾਰਾ ਕੁਛ ਚੇਂਜ ਹੋ ਗਿਆ। ਪਰ ਉਹ ਨਹੀਂ ਫੋਨ ਫਾਨ ਜਾਂ ਕਦੇ ਚੱਕਦੇ ਜਾਂ ਕਰਦੇ ਜਾਂ ਕਹਿਣਾ, ਇੱਦਾਂ ਹੈ ਇੱਦਾਂ ਹੀ ਹੈ। ਅਤੇ ਸੋ ਇਸ ਕਰਕੇ ਇੱਦਾਂ ਦੇ ਬੰਦੇ ਹੋਰ ਵੀ ਕਈ ਹੈਗੇ ਆ। ਜਿੱਦਾਂ ਜੇ ਕਿ ਇਹਨੂੰ ਗੀਤ ਸੁਣਾ ਤਾ ਉਹਨੇ ਆਪਣੇ, ਇੱਕ ਹੋਰ ਸੀ ਬੰਦਾ ਪ੍ਰੈਸ ਰਿਪੋਰਟਰ, ਮੈਂ ਅਕਸਰ ਮੈਂ ਉਹਨੂੰ ਗਾਣਾ ਸੁਣਾਇਆ ਸੀ, ਹਾਈ ਨੀ ਪ੍ਰੀਤੀ ਮਾਰ ਗਿਆ ਨੀ ਤੇਰੇ ਮੁੜ ਕੇ ਆਉਣ ਦਾ ਲਾਰਾ, ਉਹ ਮੇਰਾ ਲਿਖਿਆ ਸੀ, ਉਹਨੇ ਜਾ ਕੇ ਆਪਣੀ ਨਾਂ ਹੇਠ ਕਰਾ ਦਿੱਤਾ, ਪ੍ਰੀਤੀ ਨੂੰ ਆਪਣੇ ਨਾਂ ਕਰ ਲਿਆ। ਹਾਂ ਇੱਦਾਂ ਦੇ ਕਈ ਬੰਦੇ ਹੈ ਨਾ। ਪਰ ਮਤਲਬ ਜਿਹੜੇ ਬੰਦੇ ਲਿਖਦੇ ਆ ਨਾ ਉਹਨਾਂ ਨੂੰ ਉਹਨਾਂ ਦਾ ਕ੍ਰੈਡਿਟ ਜ਼ਰੂਰ ਮਿਲਣਾ ਚਾਹੀਦਾ। ਬਾਕੀ ਜਿਹਨੇ ਜੋ ਬਣਨਾ ਉਹਨੇ ਬਣਨਾ ਹੀ ਬਣਨਾ, ਉਹਨੂੰ ਕੋਈ ਨਹੀਂ ਰੋਕ ਸਕਦਾ। ਪਰ ਜ਼ਿੰਦਗੀ ਦੇ ਵਿੱਚ ਜੇ ਕੋਈ ਤੁਹਾਡੇ ਰਾਹ 'ਚ ਆਉਂਦਾ ਹੈ ਨਾ ਕਿਤੇ ਨਾ ਕਿਤੇ, ਜ਼ਰੂਰੀ ਨਹੀਂ ਕੋਈ ਆਪਾਂ ਹੈਲਪ ਹੀ ਕਰ ਦੇਵਾਂਗੇ ਇਹਦੀ, ਅਤੇ ਮੇਰਾ ਖਿਆਲ ਆ ਯਾਦ ਰੱਖਣਾ ਚਾਹੀਦਾ। ਹਾਂਜੀ ਲੋਕ ਭੁੱਲ ਜਾਂਦੇ ਆ। ਹਾਂ ਭੁੱਲ ਤਾਂ ਅਕਸਰ ਹੀ ਜਾਂਦੇ, ਸ਼ੋਰਟ ਮੈਮਰੀ ਹੋ ਗਈ ਸਾਰੀ। ਹਾਂ ਅੱਛਾ ਇਹ ਦਸਤੂਰ ਮਤਲਬ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਇੰਡਸਟਰੀ ਦਾ। ਇਹ ਮੇਰਾ ਖਿਆਲ ਇਹ ਕੁਦਰਤੀ ਹੈ ਸਾਰਾ ਕੁਛ, ਇਹ ਨਹੀਂ ਚੇਂਜ ਹੋ ਸਕਦਾ। ਅਤੇ ਉਸ ਵੇਲੇ ਫਿਰ ਤੁਹਾਨੂੰ ਐਂ ਕਿ ਯਾਰ ਇਹਨਾਂ ਲੋਕਾਂ ਦੀ ਮੈਂ ਜਦੋਂ ਇਹਨਾਂ ਨੂੰ ਲੋੜ ਸੀ ਤਾਂ ਮੈਂ ਆਪਣੇ ਜਿਗਰੀਆਂ ਨਾਲ ਵੀ ਮਤਲਬ ਥੋੜ੍ਹਾ ਜਿਹਾ ਜਿਹੜਾ ਰੋਸਾ ਉਹਨਾਂ ਦਾ ਜਰਿਆ, ਅਤੇ ਇਹ ਹੁਣ ਇੱਦਾਂ ਕਿਉਂ ਕਰਦੇ ਆ? ਨਹੀਂ ਚਲੋ ਨਹੀਂ, ਜਦੋਂ ਆਪਾਂ ਨਹੀਂ ਜਦੋਂ ਆਪਾਂ ਇਹਨੂੰ ਇਹੀ ਲੈ ਕੇ ਚੱਲਦੇ ਹਾਂ ਵੀ ਇਹ ਤਾਂ ਬਾਈ ਨੇਚਰ ਆ ਨਾ, ਹਾਂ ਇਹ 'ਚ ਇੱਡਾ ਕੋਈ ਗੱਲ ਨਹੀਂ। ਅਤੇ ਕਈ ਵਾਰੀ ਇੱਦਾਂ ਹੋਰ ਇੱਕ ਤਰ੍ਹਾਂ ਦੱਸ ਦੇ ਵੀ ਕਈ ਵਾਰੀ ਨਾ ਕਈ ਜਿੱਦਾਂ ਗੀਤ ਸਾਨੂੰ ਨਹੀਂ ਚੰਗੇ ਲੱਗਦੇ, ਅਤੇ ਕਈ ਵਾਰੀ ਜਦੋਂ ਹੁਣ ਤੁਸੀਂ ਆਪਣੇ ਪੈਰ 'ਤੇ ਆਪ ਹੀ ਕੁਹਾੜੀ ਮਾਰੋਗੇ। ਤਾਂ ਉਹਦਾ ਇੱਕ ਮੇਰੇ ਕੋਲ ਗਾਣਾ ਸੀ, ਗਾਣੇ ਦੇ ਬੋਲ ਸੀ ਨਾਲੇ ਤੇਰੀ ਤੇਰੀ ਕਹਿੰਦੀ ਹੈ ਨੀ ਨਾਲੇ ਲਾਰੇ ਲਾਉਣੀ ਹੈ, ਇੱਦਾਂ ਨਹੀਂ ਗੱਡੀਆਂ ਚੱਲਦੀਆਂ ਜਿੱਦਾਂ ਤੂੰ ਚਲਾਉਂਦੀ। ਉਹ ਮੈਂ ਗਾਣਾ ਇੱਥੇ ਮੇਰੇ ਇੱਥੇ ਜਾਂ ਮੁੰਡੇ ਪ੍ਰਮੋਟਰ ਆ ਧੀਰਾ ਅਤੇ ਮੇਜਰ ਦੋਨੇ ਭਰਾ, ਮੈਂ ਉਹਨਾਂ ਨੂੰ ਦਿਆ ਵੀ ਯਾਰ ਛਿੰਦੇ 'ਤੇ ਪਸੰਦ ਨਹੀਂ ਆਇਆ। ਉੱਥੇ ਇੱਕ ਹੋਰ ਕੋਈ ਬੰਦਾ ਜਾਂਦਾ ਸੀ ਅਤੇ ਉਹਨੇ ਉਹਨਾਂ ਨੂੰ ਕਿਹਾ ਵੀ ਭਾਅ ਜੀ ਨੂੰ ਕਹੋ ਮੈਂ ਗਾਣਾ ਗਾ ਲਾ ਮੈਂ ਗਾ ਲਾ। ਅਤੇ ਜੇ ਜਿਹਨੇ ਪੂਰਾ ਕਰਕੇ ਉਹਨੂੰ ਦਿੱਤਾ ਉਹਨੇ ਆਪਣਾ ਨਾਂ ਅਤੇ ਗਾਉਣ ਵਾਲੇ ਦਾ ਨਾਂ ਲਿਖ ਦਿੱਤਾ ਅਤੇ ਮੇਰਾ ਨਾਂ ਨਹੀਂ ਲਿਖਿਆ। ਉਹ ਗਾਣਾ ਕੁਦਰਤੀ ਡਾਕਟਰ ਜੂਸ ਨੇ ਕਰ ਦਿੱਤਾ, ਉਹਨੇ ਐਸਾ ਅੱਛਾ ਬੀਟ ਸੌਂਗ ਬਣਾਇਆ ਉਹ ਗਾਣਾ ਸੁਪਰ ਡੁਪਰ ਹਿੱਟ ਗਿਆ ਹੈ ਨਾ, ਅਤੇ ਇਹ ਤਾਂ ਹੁਣ ਆਪਾਂ ਆਪ ਦਿੱਤਾ ਕਿਸੇ। ਪਰ ਉਹ ਐਡਾ ਕੂੜ ਬੰਦਾ ਨਾ ਜਿਹੜਾ ਵੀ ਜਿਹਨੇ ਇਹ ਗਾਣਾ ਪੂਰਾ ਕਰਕੇ ਦਿੱਤਾ ਵੀ ਗਾਉਣ ਵਾਲੇ ਦਾ ਤਾਂ ਆਪਣਾ ਨਾਂ ਲਿਖਤਾ ਮੇਰਾ ਨਹੀਂ, ਜਿਹਦਾ ਗੀਤ ਆ ਉਹਦਾ ਨਹੀਂ ਲਿਖਿਆ। ਤੁਸੀਂ ਕਦੀ ਪੁੱਛਦੇ ਨਹੀਂ ਸੀ ਉਹਨਾਂ ਨੂੰ ਕਿ ਤੁਸੀਂ ਇੱਦਾਂ ਕਿਉਂ ਕੀਤਾ? ਮੁੜ ਕੇ ਗੱਲ ਨਹੀਂ ਹੁੰਦੀ ਸੀ ਕਦੀ? ਨਹੀਂ ਨਹੀਂ ਗੱਲ ਤਾਂ ਹੁਣ ਵੀ ਟੱਚ 'ਚ ਆ। ਅੱਛਾ ਬਸ ਤੁਸੀਂ ਕਿਹਾ ਸੀ ਜੀ ਤੁਸੀਂ ਕਹਿ ਦਿੱਤਾ, ਮੈਂ ਕਿਹਾ ਵੀ ਕਹਿ ਦਿੱਤਾ ਮੈਂ ਤੈਨੂੰ ਇਹ ਤਰੀਕਾ ਵੀ ਤੂੰ ਆਪਣਾ ਤਾਂ ਉਹਦਾ ਨਾਂ ਲੈ ਲਾ ਜਿਹੜਾ ਵੀ ਗਾਉਣ ਵਾਲਾ, ਗਾਣਾ ਹਿੱਟ ਗਿਆ ਜੀ। ਅਤੇ ਉਹ ਜਦੋਂ ਫਿਰ ਕਈ ਵਾਰੀ ਪਤਾ ਨਹੀਂ ਨਾ ਹੁੰਦਾ ਕਿ ਕਿਹੜੀ ਚੀਜ਼ ਚੱਲ ਜਾਣੀ ਹੈ ਨਾ ਲੋਕਾਂ ਨੂੰ। ਇਹ ਉਦੋਂ ਵੀ ਨਹੀਂ ਸਮਝ ਆਉਂਦੀ ਸੀ, ਆਡੀਅੰਸ ਦੀ ਮੈਂ ਗੱਲ ਕਰ ਰਹੀ ਹਾਂ ਸਰੋਤਿਆਂ ਦੀ, ਬਿਲਕੁਲ ਉਦੋਂ ਸਮਝ ਸਕਦੇ ਨਹੀਂ ਨਹੀਂ ਉਦੋਂ ਸਮਝਦੇ ਕੀ ਪਸੰਦ ਕਰਦੇ ਕੀ ਨਹੀਂ, ਮੇਰਾ ਖਿਆਲ ਅੱਜ ਵੀ ਨਹੀਂ ਤੋਂ। ਹਾਂ ਅੱਜ ਵੀ ਨਹੀਂ, ਆਡੀਅੰਸ ਨੂੰ ਤੁਸੀਂ ਨਹੀਂ ਜੱਜ ਨਹੀਂ ਕਰ ਸਕਦੇ। ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜੀ ਚੀਜ਼ ਕੋਈ ਰਾਈਟਰ ਜੀ ਰੂਹ ਨਾਲ ਗਾਉਂਦਾ ਸੌਰੀ ਲਿਖਦਾ ਜੀ,
ਅਤੇ ਬਾਅਦ 'ਚ ਉਹਨੂੰ ਗਾਇਆ ਜਾਂਦਾ, ਸਾਰਾ ਪ੍ਰੋਪਰ ਸਾਰੀਆਂ ਚੀਜ਼ਾਂ ਮਿਲਦੀਆਂ। ਕਈ ਵਾਰੀ ਉਹਦਾ ਪਤਾ ਲੱਗ ਜਾਂਦਾ ਵੀ ਇਹ ਹਿੱਟ ਆ, ਜਿੱਦਾਂ ਪਤਾ ਨਹੀਂ ਛੱਲੇ ਮੁੰਦੀਆਂ ਗਾਣਾ ਜਦੋਂ ਲਿਖਿਆ ਸੀ ਨਾ ਉਦੋਂ ਹੀ ਮੈਨੂੰ ਲੱਗਦਾ ਹੁੰਦਾ ਵੀ ਇਹ ਗਾਣਾ ਹਿੱਟ ਜਾਣਾ। ਅਤੇ ਉਸ ਤੋਂ ਬਾਅਦ ਚਲੋ ਤੇਰਾ ਨਾਂ, ਗੱਡੀ ਵਾਲਿਆ, ਦੂਸਰੇ ਤੀਸਰੇ, ਇਹ ਤਾਂ ਬਾਅਦ ਦੀਆਂ ਗੱਲਾਂ। ਹਾਂਜੀ, ਇੱਕ ਰਜਿੰਦਰ ਸਿੰਘ ਜੀ ਨਾਲ ਮੈਂ ਕੈਸਟ ਕੀਤੀ ਸੀ ਮਿੱਠੀਆਂ ਜ਼ਬਾਨਾਂ ਵਾਲੇ, ਮਤਲਬ ਕੱਢ ਲੈਂਦੇ, ਉਹ 'ਚ ਮਾਂ ਵਾਲਾ ਗਾਣਾ ਸੀ, ਉਹ ਵੀ ਬੜਾ ਵਧੀਆ ਰਿਹਾ ਸੀ। ਲੱਖ ਮਾਸੀਆਂ ਚਾਚੀਆਂ ਹੋਣ ਭਾਵੇਂ, ਕੋਈ ਬਣ ਨਹੀਂ ਸਕਦੀ ਮਾਂ ਲੋਕੋ, ਅਤੇ ਉਹ ਕਈਆਂ ਨੇ ਤੋੜ ਮਰੋੜ ਕੇ ਗਾ ਤਾ, ਉਹਨਾਂ ਨੇ ਉਹਨਾਂ ਦਾ ਵੀ ਰੋਜ਼ੀ ਰੋਟੀ ਚੱਲੀ। ਤੁਸੀਂ ਪਲੀਜ਼ ਦੋ ਲਾਈਨਾਂ ਮਾਂ ਵਾਲੇ ਗੀਤ। ਹਾਂਜੀ, ਮਾਂ ਵਾਲਾ। ਮਾਪੇ ਮਰਨ ਤੇ ਹੋਣ ਯਤੀਮ ਬੱਚੇ, ਸਿਰੋਂ ਹੀ ਉੱਠ ਜਾਂਦੀ ਆ ਕਈ ਦੇਸ਼ਾਂ ਲੋਕੋ, ਲੱਖ ਮਾਸੀਆਂ ਚਾਚੀਆਂ ਹੋਣ ਭਾਵੇਂ, ਕੋਈ ਬਣ ਨਹੀਂ ਸਕਦੀ ਆ ਮਾਂ ਲੋਕੋ। ਚਲੋ ਲਾਸਟ ਲੈਣਾ ਸੁਣਾ ਦੇਣਾ। ਉਹ ਚਾਰ ਦਿਨਾਂ ਦੀ ਖੇਡ ਮੱਦੀ ਜ਼ਿੰਦਗਾਨੀ, ਜ਼ਿੰਦਗਾਨੀ ਓਏ ਮੱਦੀ ਜ਼ਿੰਦਗਾਨੀ, ਆਖਰ ਜਾਣਾ ਏ ਅਸਲੀ ਥਾਂ ਲੋਕੋ, ਅੰਤ ਹੋਣਾ ਏ ਅੰਤ ਨੂੰ ਹਰ ਸ਼ੈ ਦਾ, ਇੱਕ ਰਹਿਣਾ ਏ ਰੱਬ ਦਾ ਨਾਂ ਲੋਕੋ। ਇੱਦਾਂ ਕਰਕੇ ਸੀ ਗਾਣਾ। ਜਦੋਂ ਤੁਸੀਂ ਲਾਈਨਾਂ ਗਾ ਰਹੇ ਸੀ, ਮੇਰੇ ਮਤਲਬ ਮੈਂ ਇੱਕ ਸਵਾਲ ਮੇਰੇ ਜ਼ਹਿਨ 'ਚ ਆ ਗਿਆ। ਮੈਂ ਜਦੋਂ ਆਪਾਂ ਆਏ ਤੁਸੀਂ ਬੜੇ ਹੈ ਨਾ ਐਨ ਫਰੀ ਹੋ ਕੇ ਘੁੰਮ ਰਹੇ ਸੀਗੇ, ਕੋਈ ਨਹੀਂ ਕਿ ਮੈਂ ਮਦਨ ਮੱਦੀ ਹਾਂ ਦੇ ਸੁਪਰ ਸਟਾਰ, ਲੋਕ ਇੰਨੇ ਦੀਵਾਨੇ ਹੈ ਤੁਹਾਡੇ ਗੀਤਾਂ ਦੇ, ਤੁਹਾਡੀ ਆਵਾਜ਼ ਦੇ, ਹੈ ਨਾ। ਇਹ ਸ਼ੋਹਰਤ ਜਿਹੜੀ ਚੀਜ਼ ਹੁੰਦੀ ਹੈ ਨਾ, ਇਹ ਬਹੁਤ ਲੋਕਾਂ ਦੇ ਦਿਮਾਗ ਖਰਾਬ ਕਰ ਦਿੰਦੀ ਹੁੰਦੀ ਹੈ। ਹਾਂ, ਮੈਂ ਅੱਜ ਨਹੀਂ ਕੋਈ ਦੱਸਦੇ ਆ ਨਾ, ਜਿੱਦਾਂ ਮੈਂ ਨਾਂ ਤਾਂ ਨਹੀਂ ਜਾਣਦਾ, ਇੱਕ ਮੁੰਡੇ ਦਾ ਇੱਕੋ ਹੀ ਗਾਣਾ ਦਾ ਹਿੱਟ ਹੋਇਆ, ਸਾਡੇ ਪਿੰਡ ਮੇਲਾ ਕਰਨਾ ਹੈ, ਉਹ ਨਹੀਂ ਫੋਟੋ ਨਹੀਂ ਕਰਾ ਰਿਹਾ ਕਿਸੇ ਨਾਲ, ਕਿਸੇ ਨੂੰ ਆਟੋਗ੍ਰਾਫ ਨਹੀਂ ਦੇ ਰਿਹਾ, ਪਰ ਨੋ ਚਲੋ ਇਹ ਆਪਣੇ ਬਣਾ ਜੀ। ਅਤੇ ਸਾਨੂੰ ਉਹ ਕੋਈ ਆਪਣੇ ਜਿੱਦਾਂ ਹੁਣ ਤੁਸੀਂ ਇੰਟਰਵਿਊ ਕਰ ਰਹੇ, ਕੋਈ ਪੁੱਛ ਰਿਹਾ ਸੀ ਵੀ ਮਦਨ ਜੀ ਉਦੋਂ ਤੁਹਾਡੀ ਚੜ੍ਹਾਈ ਬਣੀ, ਮੈਂ ਕਿਹਾ ਵੀ ਸਾਨੂੰ ਤਾਂ ਨਾ ਚੜ੍ਹਾਈ ਦਾ ਹੀ ਪਤਾ ਲੱਗਾ, ਨਾ ਉਤਰਾਈ ਦਾ ਹੀ ਪਤਾ ਲੱਗਾ, ਸਮਾਂ ਲੰਘ ਗਿਆ ਅਤੇ ਬਸ ਲੰਘ। ਪਰ ਇਸ ਚੀਜ਼ ਨੂੰ ਕਿਵੇਂ ਰੱਖਿਆ ਕਿ ਜਿਹੜੀ ਇਹ ਸ਼ੋਹਰਤ ਹੈ ਜਾਂ ਜਿਹੜਾ ਨਾਮ ਹੈ ਜਾਂ ਜਿਹੜੇ ਲੋਕ ਅੱਜ ਤੁਹਾਨੂੰ ਇੰਨਾ ਪੁੱਛ ਰਹੇ ਨੇ, ਇਹ ਕਦੀ ਸਿਰ 'ਤੇ ਨਾ ਚੜ੍ਹੇ, ਕਿਉਂਕਿ ਕਹਿੰਦੇ ਜਦੋਂ ਇਹ ਸਿਰ 'ਤੇ ਚੜ੍ਹ ਜਾਂਦੀ ਹੈ ਨਾ, ਇਹ ਤੁਹਾਡੇ ਡਾਊਨਫੋਲ ਦਾ ਵੀ ਇਹੀ ਕਾਰਨ ਬਣਦੀ ਆ। ਨਹੀਂ ਚਲੋ ਰਾਈਟ ਆ, ਮੈਂ ਤਾਂ ਫਿਰ ਕਈ ਬੰਦਿਆਂ ਦਾ ਸੁਭਾਅ ਹੀ ਇੱਦਾਂ ਦਾ ਹੁੰਦਾ, ਕੀ ਪਤਾ ਜਿਹੜੇ ਨਹੀਂ ਸਟਾਰ ਅਤੇ ਬਾਅਦ 'ਚ ਸਟਾਰ ਬਣਦੇ, ਕੀ ਪਤਾ ਉਹਨਾਂ ਦਾ ਪਹਿਲਾਂ ਹੀ ਇੱਦਾਂ ਦਾ ਸੁਭਾਅ ਹੋਵੇ, ਹੈ ਨਾ। ਇਸ ਕਰਕੇ ਆਪਾਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ, ਕਈ ਵਾਰੀ ਹੁੰਦਾ ਇੱਦਾਂ, ਇਹ ਸੁਭਾਅ ਸੁਭਾਅ ਦੀ ਗੱਲ। ਹਾਂ, ਅਤੇ ਅਸੀਂ ਹੈ ਹੀ ਇੱਦਾਂ ਦੇ। ਤੁਸੀਂ ਪਿੰਡ ਵੀ ਆਪਣੇ ਇੰਨੇ ਇੱਦਾਂ ਹੀ ਰਹਿੰਦੇ ਹੋ, ਕੋਈ ਵੀ ਆ ਕੇ ਮਿਲ ਲਵੇ, ਕੋਈ ਵੀ ਆਪਣਾ ਤੁਹਾਡਾ ਬੂਆ ਖੜਕਾ ਕੇ ਤੁਹਾਨੂੰ ਮਿਲ ਸਕਦਾ ਅੰਦਰ ਆ ਕੇ? ਹਾਂਜੀ ਹਾਂਜੀ, ਕੋਈ ਪ੍ਰੋਬਲਮ ਨਹੀਂ, ਇੱਦਾਂ ਦੀ ਭਾਜੀ ਆ ਵੀ ਸਗੋਂ ਚਾਹ ਚੁੱਪ ਲਾਈ ਦੀ ਆ। ਹਾਂਜੀ, ਦੈਟਸ ਇਟ, ਕੋਲ ਬੈਠੇ ਕੋਲ ਬੈਠੇ, ਹਾਂਜੀ ਗੱਲਾਂ ਬਾਤਾਂ ਕਰੀਏ। ਹਾਂ, ਤੂੰ ਪਰ ਕਈ ਕਈ ਨਾ ਮੈਨੂੰ ਤੁਹਾਡੀ ਗੱਲ ਤੋਂ ਚੇਤਾ, ਉਹ ਇੱਕ ਅੰਮ੍ਰਿਤਸਰ ਤੋਂ ਮੁੰਡਾ ਵਿਚਾਰਾ, ਉਹ ਤਾਂ ਹੋਰ ਵੀ ਦੂਰ ਪਿੰਡ ਆ, ਤਿੰਨ ਚਾਰ ਵਾਰੀ ਫੋਨ ਭਾਜੀ ਅਸੀਂ ਫੋਟੋ ਕਰਵਾਉਣਾ, ਮੈਂ ਹਾਂ ਮੈਂ ਤੇਰਾ ਨੰਬਰ ਨੋਟ ਕਰ ਲਿਆ, ਤੂੰ ਐਡੀ ਦੂਰ ਨਾ ਆਈ, ਮੈਂ ਕਿਤੇ ਅੰਮ੍ਰਿਤਸਰ ਲਾਊਂਗਾ ਤਾਂ ਫਿਰ ਆਪਾਂ ਕੋਈ ਨਹੀਂ, ਨਹੀਂ ਨਹੀਂ ਮੈਂ ਪਿੰਡ ਆਉਣਾ ਅਤੇ ਕਦੋਂ ਆਵਾਂ, ਮੈਂ ਇੱਦਾਂ ਦੇ ਵੀ ਹੈਗੇ ਆ, ਹੈ ਨਾ। ਕਈ ਅਜੇ ਕਿ ਆਈ ਥਿੰਕ ਅਜੇ ਮੇਰੇ ਖਿਆਲ ਸਟੱਡੀ ਕਰਦਾ ਕਿਤੇ, ਹੁਣ ਸੁਣੇ ਸੁਣੇ ਹੋਣਗੇ ਗਾਣੇ, ਅਤੇ ਇੱਦਾਂ ਦੇ ਹੈ ਕਈ, ਮੈਂ ਕਿਹਾ ਅਸੀਂ ਕਿਤੇ ਇੱਧਰ ਆਵਾਂਗੇ,
ਉਦੋਂ ਕਰ ਲਾਂਗੇ ਹੁਣ ਤੂੰ ਤੂੰ ਕਿੱਧਰ ਇੱਧਰ ਆਉਂਦਾ ਫਿਰੇਂਗਾ ਐਡੀ ਦੂਰ। ਅੱਛਾ ਇਹ ਹਾਲ ਹਾਲ ਹੀ ਦੀ ਗੱਲ ਹੈ। ਹਾਂਜੀ ਹਾਂਜੀ ਲੇਟਲੀ ਦੇਖ ਲਓ ਤੁਹਾਡੇ ਹਜੇ ਵੀ ਜਿਹੜੇ ਲੋਕ ਗਾਣੇ ਸੁਣਦੇ ਆ ਅੱਜ ਦੀ ਜਨਰੇਸ਼ਨ ਖਾਸ ਕਰ। ਹਾਂਜੀ ਹਾਂਜੀ ਫਿਰ ਚਲੋ ਉਹ ਤਾਂ ਕੁਦਰਤੀ ਆ, ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਸੀ ਜਦੋਂ ਸਿੱਧੂ ਨੇ ਗਾਣਾ ਗਾ ਕੇ ਪਾਇਆ ਸੀ ਨਾ ਜੀ, ਅਤੇ ਬੜੇ ਯੰਗ ਬਲੱਡ ਬੜਿਆਂ ਦੇ ਫੋਨ ਆਉਂਦੇ ਸੀ ਵੀ ਤੁਹਾਡਾ ਫੈਨ ਜਾਂ ਤੁਹਾਨੂੰ ਜਾਣਦਾ। ਮੈਂ ਤਾਂ ਮਿਲਿਆ ਵੀ ਨਹੀਂ ਸੀ, ਪਰ ਉਹ ਸਾਡੇ ਪਿੰਡ ਦਾ ਮੁੰਡਾ ਇੱਕ ਚੰਡੀਗੜ੍ਹ ਆ, ਜਿੱਦਾਂ ਉਹਨੂੰ ਉਹਦੇ ਗਾਂ ਗਾੜੀ ਤੋਂ ਨਹੀਂ, ਜਿੱਦਾਂ ਹੁਣ ਇਹ ਗੱਲ ਚੱਲ ਰਹੀ ਸੀ ਵੀ ਆਪਾਂ ਗਾਣਾ ਕਰੀਏ, ਉਹਦੇ ਵੱਲੋਂ ਕੋਈ ਨਾਂ ਨਹੀਂ ਸੀ। ਉਹ ਕਹਿੰਦਾ ਇੱਕ ਨਹੀਂ ਦੋ ਕਰ ਲਵਾਂਗੇ ਭਾਅ ਜੀ ਨੂੰ, ਕਿਹਾ ਲੈ ਆ ਜਾਂ ਪਿੰਡ ਆਉਣ, ਪਰ ਚਲੋ ਜੋ ਮਾਲਕ ਨੂੰ। ਅਤੇ ਜਾਂ ਮੈਂ ਅੱਗੇ ਇਸ ਗੱਲ ਨੂੰ ਲੈ ਕੇ ਚੱਲ ਅਸੀਂ ਲੇਟ ਹੋ ਜਾਈਦਾ, ਅਤੇ ਅੱਗੇ ਚਲੋ ਜੋ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਮੇਰੇ ਤੋਂ ਇਲਾਵਾ ਹੋਰ ਵੀ ਜਿਹੜੇ ਪੁਰਾਣੇ ਸਿੰਗਰਾਂ ਨੂੰ ਬੜਿਆਂ ਨੂੰ ਉਸ ਬੰਦੇ ਨੇ ਮਤਲਬ ਛੱਕਿਆ ਕਹਿ ਲਓ, ਹੈਲਪ ਕੀਤੀ, ਕੁਝ ਵੀ ਕਹਿ ਸਕਦੇ ਆਪਾਂ। ਕਈ ਇਦਾਂ ਦੇ ਪੁਰਾਣੇ ਸਿੰਗਰਸ ਆ ਜਿਹੜੇ ਦੁਬਾਰਾ ਜਿਹਨਾਂ ਨੂੰ ਬਹੁਤ ਸਾਰੇ ਸ਼ੋਅਜ਼ ਮਿਲਣਾ ਸ਼ੁਰੂ ਹੋ ਗਏ, ਤੇ ਬਿਲਕੁਲ 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 ਉਹਦੀ ਸੀ, ਉਹ ਧੰਨਵਾਦੀ ਵੀ ਹੈਗੇ ਆ ਅੱਜ ਵੀ। ਬਿਲਕੁਲ ਹੋਣਾ ਵੀ ਚਾਹੀਦਾ ਜੀ, ਹੋਣਾ ਵੀ ਚਾਹੀਦਾ ਜੀ। ਜਿਹੜਾ ਬੰਦਾ ਦੇਖੋ ਜਿਹੜਾ ਬੰਦਾ ਇੰਡਸਟਰੀ 'ਚ ਐਟ ਪ੍ਰੈਜੈਂਟ ਚੱਲ ਰਿਹਾ ਜਾਂ ਕਿਵੇਂ ਗਿਆ, ਉਹਨੂੰ ਅਸੀਂ ਉਹ 'ਚ ਕੋਈ ਦੋ ਰਾਵਾਂ ਨਹੀਂ, ਅਸੀਂ ਉਹ 'ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਅਤੇ ਜਿਹੜੇ ਬੰਦਿਆਂ ਦੀ ਰੋਜ਼ੀ ਰੋਟੀ ਉਹੋ ਜਿਹੇ ਆਰਟਿਸਟਾਂ ਨੇ ਲਾਈ ਆ, ਤਾਂ ਉਹਨਾਂ ਨੂੰ ਉਹਦੇ ਧੰਨਵਾਦ ਹੋਣਾ ਵੀ ਚਾਹੀਦਾ। ਤੁਸੀਂ ਕੀ ਸਮਝਦੇ ਹੋ ਕਿ ਹਰ ਇੱਕ ਕਲਾਕਾਰ ਨੂੰ, ਕਿਸੇ ਮੈਂ ਕਲਾਕਾਰਾਂ ਦੀ ਗੱਲ ਕਰ ਰਹੀ ਹਾਂ ਕਿਉਂਕਿ ਇੱਦਾਂ ਦੀ ਚੀਜ਼ਾਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਇੱਥੇ ਰਿਟਾਇਰਮੈਂਟ ਨਾਮ ਦੀ ਕੋਈ ਚੀਜ਼ ਨਹੀਂ, ਹੈ ਨਾ, ਕੋਈ ਵੀ ਕਦੀ ਵੀ ਆਪਣਾ ਗਾਣਾ ਜਿਹੜਾ ਕੱਢ ਸਕਦਾ, ਬਟ ਤੁਹਾਨੂੰ ਕੀ ਲੱਗਦਾ ਕਿ ਇਹ ਐਕਸੈਪਟ ਕਰਨਾ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਹਰ ਕਿਸੇ ਲਈ ਜਦੋਂ ਆਪਣਾ ਕਰੀਅਰ ਸ਼ੁਰੂਆਤ ਦੇ ਵਿੱਚ ਤਾਂ ਨਹੀਂ ਚਲੋ ਕਹਾਂਗੇ, ਪਰ ਇੱਕ ਦਹਾਕਾ ਪੂਰਾ ਕਰਨ ਤੋਂ ਬਾਅਦ ਕਿ ਅੱਜ ਹੈਗੇ ਆ ਨਾਮ ਸਾਡਾ ਹੈਗਾ, ਹੈ ਨਾ, ਹਰ ਜਿਹੜਾ ਵਕਤ ਉਹ ਸੇਮ ਨਹੀਂ ਹੁੰਦਾ, ਕੱਲ੍ਹ ਨੂੰ ਸ਼ਾਇਦ ਡਾਊਨਫੋਲ ਵੀ ਵੇਖਣਾ ਪਵੇ, ਜਾਂ ਕਈ ਵਾਰ ਕੁਝ ਇੱਦਾਂ ਦੀ ਚੀਜ਼ਾਂ ਹੋ ਜਾਂਦੀਆਂ ਕਿ ਗਾਣੇ ਕਈ ਵਾਰ ਨਹੀਂ ਵੀ ਆ ਪਾਉਂਦੇ ਆ, ਹੈ ਨਾ। ਸੋ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਮੈਂਟੈਲ ਜਿਹੜਾ ਮੈਂਟਲੀ ਪ੍ਰਿਪੇਅਰ ਹੋਣਾ ਜ਼ਰੂਰੀ ਹੈ ਕਿ ਜੋ ਅੱਜ ਹੈ ਸਮਾਂ ਉਹ ਕੱਲ੍ਹ ਨਹੀਂ ਰਹੂਗਾ, ਅਤੇ ਪ੍ਰਿਪੇਅਰ। ਮੈਂ ਤੁਹਾਨੂੰ ਦੱਸਦਾ ਜਦੋਂ ਆਹ ਗਾਣਾ ਇੱਕ ਹਿੱਟ ਹੋਇਆ ਨਾ ਫਿਲਮ ਦਾ, ਜਾਨਵਰ ਫਿਲਮ ਦਾ, ਉਹਦਾ ਨਾਂ ਕੀ ਭਿੰਦਾ ਹੀ ਆ ਵੈਸੇ ਉਹਦਾ ਨਾਂ ਪੂਰਾ, ਜਾਨਵਰ ਫਿਲਮ ਦਾ ਜਿਹੜਾ ਪੰਜਾਬੀ ਗਾਣਾ ਨਹੀਂ ਹਿੱਟ ਹੋਇਆ, ਬਹੁਤ ਜ਼ਿਆਦਾ ਹਿੱਟ ਹੋਇਆ। ਤੋ ਮੈਂ ਭਿੰਦਾ ਔਜਲਾ ਦੀ ਗੱਲ ਕਰ ਨਹੀਂ 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 ਉਹਦਾ ਨਾਂ ਹੈਗਾ ਵਾ ਯਾਰ ਜਾਨਵਰ ਫਿਲਮ ਦਾ, ਹੁਣ ਤਾਂ ਚੱਲ ਰਿਹਾ ਇਸ ਵੇਲੇ ਉਹਦਾ। ਅਤੇ ਉਹ ਮੈਂ ਕਈਆਂ ਨੂੰ ਪੁੱਛਿਆ, ਮੈਂ ਕਿਹਾ ਯਾਰ ਉਹ, ਫਿਰ ਮੈਂ ਦੋ ਚੋਂ ਬੰਦਿਆਂ ਕੋਲ ਸ਼ੋਰ ਕੀਤਾ, ਮੈਂ ਯਾਰ ਉਹ ਭਿੰਦਾ ਨਹੀਂ ਜਿਹੜਾ ਹੁਣ ਉਹ ਤਾਂ ਹੈ ਨਾ ਇਸ ਵੇਲੇ ਹੈ ਨੀਅਰ ਅਬਾਊਟ ਮੇਰਾ ਖਿਆਲ 65 ਬਿੰਦਰਖੀਆ ਸਾਹਿਬ ਜਾਂ ਹੋਰ ਸਾਰੇ ਬੰਦੇ ਗਾ ਰਹੇ ਸੀ ਇਹ ਗੱਲ, ਇਸ ਕਰਕੇ ਇੱਥੇ ਕੁਇਟ ਵਾਲੀ ਤੇ ਗੱਲ ਹੈ ਹੀ ਨਹੀਂ। ਉਮੀਦ ਕਦੀ ਨਹੀਂ ਛੱਡਣੀ, ਹਾਂ ਉਮੀਦ ਨਹੀਂ ਕਦੀ ਛੱਡਣੀ। ਤੇ ਮੈਂ ਕਈਆਂ ਦੋ ਚਾਰ ਬੰਦਿਆਂ ਤੋਂ ਸ਼ੋਰ ਕੀਤੀ ਇਹ ਗੱਲ ਵੀ ਉਹੀ ਆ ਨਾ ਯਾਰ, ਕਹਿੰਦੇ ਉਹੀ ਆ ਭੁਪਿੰਦਰ ਬੱਬਲ ਬੱਬਲ। ਹਾਂਜੀ ਹਾਂਜੀ ਹਾਂਜੀ। ਤੇ ਇਹ ਮੈਂ ਇਹਨੂੰ ਬਹੁਤ ਪੁਰਾਣਾ ਜਦੋਂ ਇਹ ਗਾਉਂਦੇ ਹੁੰਦੇ ਸੀ ਉਦੋਂ ਤੋਂ ਇਹਨਾਂ ਨੂੰ ਮੈਂ ਸੁਣਿਆ ਵਾ, ਨਹੀਂ ਅੱਛਾ ਮੈਂ ਮੇਰਾ ਕੋਈ ਵਾਰ ਨਹੀਂ ਸੀ ਬਚਨ ਭਾਜੀ ਦੇ ਕੋਲ, ਮੇਰੀ ਪਹਿਲੀ ਕੈਸਟ ਬਚਨ ਨੇ ਕੀਤੀ ਸੀ ਵਰਿੰਦਰ ਬਚਨ ਜੀ। ਹਾਂਜੀ ਆਹੀ ਛੱਲੇ ਮੁੰਦੀਆਂ ਵਾਲਾ ਗਾਣਾ। ਹਾਂਜੀ ਤੇ ਇਹ ਸਾਰੇ ਹੀ ਉਹਨਾਂ ਕੋਲ ਆਉਂਦੇ ਹੁੰਦੇ ਸੀ, ਬੱਬਲ ਬਿੰਦਰਖੀਆ ਇੱਕ ਹੋਰ ਦੋ ਤਿੰਨ ਮੁੰਡੇ ਹੈਗੇ ਸੀ ਚੰਡੀਗੜ੍ਹ ਦੇ ਜਿਨ੍ਹਾਂ ਦੇ ਹੁਣ ਮੈਨੂੰ ਨਾਂ ਨਹੀਂ ਯਾਦ, ਇਹ ਉਦੋਂ ਦਾ ਸੀ ਅਤੇ ਹੁਣ ਹਿੱਟ ਹੋ ਰਿਹਾ ਇਹ ਬੰਦਾ। ਅਤੇ ਇਸ ਕਰਕੇ ਤੁਹਾਡੀ ਗੱਲ ਸਹੀ ਵੀ ਇਹ 'ਚ ਉਮੀਦ ਛੱਡਣ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਨਾ। ਹਾਂਜੀ
ਔਰ ਤਿਆਰ ਵੀ ਹਮੇਸ਼ਾ ਰਹਿਣਾ ਪੈਂਦਾ, ਕੁਛ ਵੀ ਹੋ ਸਕਦਾ ਤੇ, ਹੈ ਨਾ। ਹਾਂ ਤੁਸੀਂ ਜੋ ਹੌਸਲਾ ਬਣਾ ਕੇ ਰੱਖੋ, ਬਿਲਕੁਲ ਦੇਈ ਜਾਓ ਥੋੜ੍ਹਾ ਥੋੜ੍ਹਾ, ਕੋਈ ਨਹੀਂ ਜੋ ਤੁਹਾਡੇ ਕੋਲ ਹੈਗਾ, ਜੋ ਦਿਲੋਂ ਜਿਹੜੀ ਮੈਂ ਕਹਿੰਦਾ ਜਿਹੜੀ ਦਿਲੋਂ ਆਵਾਜ਼ ਹੁੰਦੀ ਆ ਉਹ ਵਧੀਆ, ਉਹਨੂੰ ਜ਼ਰੂਰ ਟਰਾਈ ਕਰੋ, ਦਿਓ ਲੋਕਾਂ ਨੂੰ। ਜਿੱਦਾਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਬਿੰਦਰਖਿਆ ਸਾਹਿਬ ਦਾ, ਹੈ ਨਾ, ਜਾਂ ਭੁਪਿੰਦਰ ਬੱਬਲ ਦਾ, ਜਾਂ ਫਿਰ ਬੱਚਨ ਸਾਹਿਬ ਦਾ, ਬੱਚਨ ਸਾਹਿਬ ਵੀ ਇਸ ਦੁਨੀਆਂ 'ਚ ਨਹੀਂ ਰਹੇ, ਹੈ ਨਾ, ਉਹ ਵੀ ਵਿਛੋੜਾ, ਹੈ ਨਾ, ਦੇਤੇ। ਹਾਂਜੀ ਬਿਲਕੁਲ, ਬੀ ਪ੍ਰਾਕ ਬਹੁਤ ਨਾਮ ਹੈ, ਬੀ ਪ੍ਰਾਕ ਦਾ ਨਾਮ ਬਿਲਕੁਲ। ਸੋ ਜਦੋਂ ਤੁਸੀਂ ਇਹਨਾਂ ਦੇ ਨਾਮ ਲੈਂਦੇ ਹੋ ਜਾਂ ਫਿਰ ਜੈਜ਼ੀ ਉਹਨਾਂ ਦਾ ਨਾਮ ਵਿੱਚ ਲੈਂਦੇ ਹੋ, ਫਲੈਸ਼ਬੈਕ ਚੱਲ ਜਾਂਦੇ ਹੋ ਕਿ ਯਾਰ ਅਸੀਂ ਇਕੱਠੇ ਹੁੰਦੇ ਸੀ ਇੰਗਲੈਂਡ ਦੇ ਵਿੱਚ, ਕਦੀ ਇਕੱਠੇ ਹੁੰਦੇ ਸੀ ਕੈਨੇਡਾ ਦੇ ਵਿੱਚ? ਹਾਂਜੀ ਹਾਂਜੀ ਹਾਂਜੀ, ਜੈਜ਼ੀ ਤੇ ਅੱਜ ਵੀ ਆਪਾਂ ਨੂੰ ਉਸੇ ਤਰ੍ਹਾਂ ਅਸੀਂ ਮਿਲਦੇ ਆ, ਜੈਜ਼ੀ ਤੇ ਪਲੱਸ ਆਪਣਾ ਸਪੀਡ ਕੰਪਨੀ ਵਾਲਾ ਮੁੰਡਾ ਦਿਨੇਸ਼, ਮਤਲਬ ਪਰਿਵਾਰਕ ਰਿਲੇਸ਼ਨ ਆ ਇਹਨਾਂ ਇਹਨਾਂ ਨਾਲ ਸਾਰਿਆਂ ਨਾਲ, ਵੀ ਅੱਜ ਵੀ ਘਰਾਂ 'ਚ ਉਸੇ ਤਰ੍ਹਾਂ ਆਉਣ ਜਾਣਾ, ਤੇ ਉਹ ਉਸ ਦੌਰ ਦੀਆਂ ਗੱਲਾਂ ਚੇਤੇ ਆ ਜਾਂਦੀਆਂ। ਬਿਲਕੁਲ ਬਿਲਕੁਲ, ਮੇਰਾ ਖਿਆਲ ਆ, ਹਾਂਜੀ ਹਾਂਜੀ, ਮੇਰਾ ਖਿਆਲ ਆ ਤੁਸੀਂ ਕਿਤੇ ਹੁਣ ਚਲੋ ਆਪਾਂ ਤੇ ਮੇਰੇ ਸਾਰੇ ਗਾਣੇ ਮੈਨੂੰ ਯਾਦ ਨਹੀਂ, ਜੈਜ਼ੀ ਨੂੰ ਮੇਰੇ ਸਾਰੇ ਗੀਤ ਚੇਤੇ, ਹਾਂ ਉਹਨੇ ਹੈ ਨਾ, ਅਤੇ ਵੀ ਇਕੱਠੇ ਰਹੇ ਕਹਿ ਲਓ, ਅਤੇ ਜਾਂ ਜੋ ਇੱਕ ਮੇਰਾ ਗਾਣਾ ਸੀ ਫੜੋ ਨਹੀਂ ਮੁੰਡਾ ਮੁੰਡਾ ਹੋ ਕੇ ਸ਼ਰਾਬੀ, ਹਾਂਜੀ, ਕਾਫੀ ਚੱਲਿਆ, ਬਾਅਦ 'ਚ ਗਿੱਪੀ ਨੇ ਵੀ ਗਾਇਆ, ਗਿੱਪੀ ਨੇ ਵੀ ਗਾਇਆ ਸੀ ਬਿਲਕੁਲ, ਕਿਉਂਕਿ ਚਲੋ ਅਤੇ ਇਹ ਅਸੀਂ ਜਿੱਦਾਂ ਜਾ ਰਹੇ ਸੀ ਜੀ, ਇਹ ਗੀਤ ਕਿਸੇ ਨੇ ਗਾਇਆ ਸੀ ਔਲਰੇਡੀ, ਅਤੇ ਇਹਨੇ ਜੈਜ਼ੀ ਨੇ ਸੁਣਿਆ, ਕਹਿੰਦਾ ਵੀ ਮਦਨ ਜੀ ਆਹ ਗਾਓ, ਅਤੇ ਉਹ ਚੱਲਿਆ ਨਹੀਂ, ਉਹ ਬਾਅਦ 'ਚੋਂ ਮੇਰਾ ਖਿਆਲ ਕੀਰਤਨ ਕਰਦੇ ਵੀਰ ਜਿਨ੍ਹਾਂ ਨੇ ਗਾਇਆ ਸੀ ਉਹ ਗਾਣਾ ਸੀ ਚੱਕਿਆ, ਉਹ ਤੋਂ ਬਾਅਦ ਫਿਰ ਉਹਦਾ ਰਾਈਟਰ ਲੱਭਿਆ, ਹੈ ਨਾ, ਫਿਰ ਸ਼ਿੰਦਾ ਜੀ ਨੇ ਮਿਊਜ਼ਿਕ ਕਰ ਦਿੱਤਾ, ਚਲੋ ਗਾਣਾ ਹਿੱਟ ਹੋਇਆ, ਮੇਰਾ ਖਿਆਲ ਅੱਜ ਤੱਕ ਵੀ ਵੱਜਦਾ ਰਿਹਾ ਨਾ ਜੀ ਡੀਜੇ 'ਤੇ, ਅਤੇ ਇੱਦਾਂ ਵਾ ਵੀ ਕਈ ਵਾਰੀ ਤਾਂ ਇੱਦਾਂ ਸੀ ਵੀ ਹਰ ਇੱਕ ਜਿੱਦਾਂ ਸਲਾਹ ਆਹ ਗਾਣਾ ਅੱਛਾ ਲੱਗਦਾ ਯਾਰ, ਅੱਛਾ ਲੱਗਦਾ ਆਹ ਕਰ ਲਈਏ, ਹੈ ਨਾ, ਅਤੇ ਸੋ ਇਸ ਕਰਕੇ ਇਹਨਾਂ ਨਾਲ ਤਾਂ ਅੱਜ ਵੀ ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਸੀ, ਜੈਜ਼ੀ ਸ਼ਿੰਦਾ ਮੈਂ ਦਿਨੇਸ਼, ਅਤੇ ਥੋੜ੍ਹੇ ਬਹੁਤੇ ਮਨ ਮੁਟਾਵ ਹੁੰਦੇ ਕਈ ਵਾਰੀ ਕੰਪਨੀਆਂ ਕੁੰਪਨੀਆਂ, ਉਹ ਤਾਂ ਚੱਲਦਾ ਹੀ ਰਹਿੰਦਾ ਹੈ, ਰਿਸ਼ਤੇ ਦੇ ਵਿੱਚ ਹੁੰਦਾ ਹੀ ਹੈ। ਸੋ ਮੈਂ ਚਾਹੂੰਗੀ ਇੱਕ ਗਾਣਾ ਤੁਹਾਡਾ, ਲਾਰੇ ਤੇ ਤਾਰੇ, ਰਾਤਾਂ ਨੂੰ ਤਾਰੇ ਗਿੰਦਰੇ ਤੇ ਲਾਰੇ ਗਿੰਦਰੇ, ਮੈਂ ਚਾਹੂੰਗੀ ਦੋ ਲਾਈਨਾਂ ਜੀ ਤੁਹਾਨੂੰ ਪਲੀਜ਼ ਯਾਦ ਹੋਣਗੀਆਂ ਤੇ। ਹਾਂ ਨਹੀਂ ਉਹ ਤਾਂ ਦੇਖੋ ਹੱਸ ਬੋਲ ਦਾ ਤਾਂ ਵੀਡੀਓ ਬਣਿਆ ਸੀ, ਇੱਕ ਹੋਰ ਦਾ ਵੀਡੀਓ ਬਣਾ ਸੀ, ਪਰ ਉਹਨੂੰ ਕਿਹੜਾ ਸੀ ਇਹਦਾ, ਤਾਂ ਮੈਂ ਅਤੇ ਦਿਨੇਸ਼ ਨੇ ਆਪ ਹੀ ਵੀਡੀਓ ਕਰ ਲਿਆ ਸੀ ਅਸੀਂ, ਇਹ ਗਾਣਾ ਵੀ ਉਹਨਾਂ ਸਮਿਆਂ ਦੇ ਵਿੱਚ ਇਹ ਸੁਪਰ ਹਿੱਟ ਰਿਹਾ, ਅੱਜ ਵੀ ਮੇਲਿਆਂ ਦੇ ਵਿੱਚ ਇਹ ਗਾਣਾ ਸਭ ਲੋਕ ਸੁਣਦੇ ਆ, ਆਹ ਜਿਹੜਾ ਤੁਸੀਂ ਜਿਹਦੀ ਫਰਮਾਇਸ਼ ਕਰ, ਹਾਂਜੀ ਹੁੰਦਾ ਸੀ, ਤੇਰੇ ਬਿਨ ਕਿਵੇਂ ਅਸੀਂ ਜੀਵਾਂਗੇ, ਕਿਵੇਂ ਘੁੱਟ ਸਬਰਾਂ ਦੇ ਪੀਵਾਂਗੇ, ਤੂੰ ਆਪ ਤਾਂ ਡੋਲੀ ਬਹਿ ਚੱਲੀ, ਆਪ ਤਾਂ ਡੋਲੀ ਬਹਿ ਚੱਲੀ, ਕੁਝ ਦੱਸ ਜਾ ਕਿਸਮਤ ਮਾਰਿਆਂ ਨੂੰ, ਰਾਤਾਂ ਨੂੰ ਗਿਣਦੇ ਰਹੀਏ ਨੀ, ਤੇਰੇ ਲਾਰਿਆਂ ਨੂੰ ਕਦੀ ਤਾਰਿਆਂ ਨੂੰ, ਰਾਤਾਂ ਨੂੰ ਗਿਣਦੇ ਰਹੀਏ ਨੀ, ਕਦੇ ਲਾਰਿਆਂ ਨੂੰ ਕਦੀ ਤਾਰਿਆਂ ਨੂੰ, ਤੂੰ ਉੱਥੇ ਜਾ ਕੇ ਛੱਡਿਆ ਨੀ, ਜਿੱਥੋਂ ਪਿੱਛੇ ਮੁੜਿਆ ਜਾਵੇ ਨਾ, ਮਰਿਆ ਤੇ ਜੀਆ ਜਾਂਦਾ ਨਹੀਂ,
ਹਨੀ ਚੀਜ਼ ਕੋਈ ਵੀ ਪਾਵੇ ਨਾ, ਹੁਣ ਜੀਣ ਦੀ ਕੋਈ ਵੀ ਆਸ ਨਹੀਂ, ਤੇਰੇ ਦਰ ਤੋਂ ਨੀ ਦੁਰਕਾਰਿਆਂ ਨੂੰ, ਰਾਤਾਂ ਨੂੰ ਗਿਣਦੇ ਰਹੀਏ ਨੀ, ਤੇਰੇ ਲਾਰਿਆਂ ਨੂੰ ਕਦੀ ਤਾਰਿਆਂ ਨੂੰ, ਤੇਰੇ ਲਾਰਿਆਂ ਨੂੰ ਕਦੀ ਤਾਰਿਆਂ ਨੂੰ। ਵਾਹ, ਬਹੁਤ ਸੋਹਣਾ ਗੀਤ ਹੈ। ਮਤਲਬ ਬਹੁਤ ਸਾਰੇ ਲੋਕਾਂ ਦਾ ਜੇ ਸੈਡ ਸੌਂਗ ਸੁਣਨਾ ਹੋਵੇ ਤੇ ਇਹ ਵਾਲਾ ਫੇਵਰੇਟ ਹੋਏਗਾ ਉਹਨਾਂ ਦਾ ਗੀਤ ਅੱਜ ਵੀ। ਹਾਂਜੀ 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 ਸੁਣਦੇ। ਤੁਸੀਂ ਕਿਤਾਬਾਂ ਪੜ੍ਹਦੇ ਹੁੰਦੇ ਸੀ ਹਨਾ, ਤੁਹਾਡੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਿਤਾਬ ਤੁਸੀਂ ਹਮੇਸ਼ਾ ਨਾਲ ਰੱਖਦੇ ਹੁੰਦੇ ਸੀ ਪਹਿਲਾਂ, ਹੁਣ ਵੀ ਹੈਗੀ ਆ ਘਰ? ਹਾਂਜੀ ਭਾਈ, ਤੇ ਨਾਲ ਹਜੇ ਵੀ ਸ਼ੌਕ ਹੈ ਕਿਤਾਬਾਂ ਪੜ੍ਹਨ ਦਾ, ਨਵੀਆਂ ਨਵੀਆਂ ਕਿਤਾਬਾਂ ਪੜ੍ਹਨ ਦਾ? ਨਹੀਂ, ਜ਼ਿਆਦਾ ਕਰਕੇ ਸ਼ਿਵ ਕੁਮਾਰ ਬਟਾਲਵੀ ਤੇ ਜਾਂ ਵਾਰਸ ਦੀ ਹੀਰ, ਸਾਈ ਬੁੱਲੇ ਸ਼ਾਹ ਜੀ, ਮਤਲਬ ਇਹਨਾਂ ਨੂੰ, ਜਿਹੜੇ ਸੂਫੀ ਕਵੀ ਇਹਨਾਂ ਨੂੰ। ਤੇ ਤੁਹਾਡੀ ਲਿਖਤ ਦੇ ਵਿੱਚ ਇਹਨਾਂ ਦੀ ਜਿਹੜੀ ਚੀਜ਼ਾਂ ਲਿਖੀਆਂ ਹੋਈਆਂ ਸੀ ਉਹਨਾਂ 'ਤੇ ਪ੍ਰਭਾਵ ਸੀਗਾ? ਹਾਂ, ਕਈ ਵਾਰੀ ਇੱਦਾਂ ਜਿੱਦਾਂ ਆਪਾਂ ਕਹੀ ਨਾ, ਇੱਕ ਸੀ ਮੇਰਾ ਗੀਤ, ਮੈਨੂੰ ਯਾਦ ਨਹੀਂ ਆ ਰਿਹਾ, ਤੋ ਮੈਂ ਉੱਧਰੋਂ ਪੜ੍ਹ ਕੇ ਹਟਿਆ ਸੀ ਆਪਣੇ ਵਾਰਸ ਸ਼ਾਹ ਦੀ ਹੀਰ। ਹਾਂਜੀ, ਇੱਥੇ ਪੁੱਗਣ ਕਿੱਦਾਂ ਹੀ ਸਫਾਈਆਂ ਵਾਲੇ, ਫੰਦ ਫਰੇਬ ਨਾ ਫਾਹੀਆਂ ਵਾਲੇ, ਇੱਥੇ ਪੁੱਗਣ ਸਫਾਈਆਂ ਵਾਲੇ, ਫੰਦ ਫਰੇਬ ਨਾ ਫਾਹੀਆਂ ਵਾਲੇ, ਹਨਾ। ਜਿੱਦਾਂ ਇਹ ਲਾਈਨ ਆ, ਇਹ ਜਿਹੜੀ ਤੁਕਬੰਦੀ ਆ, ਇਹ ਸੱਚ ਵਾ ਵੀ ਇਹ ਉਹ ਮੇਰੇ ਜ਼ਿਹਨ 'ਚ, ਉਹ ਜਦੋਂ ਮੈਂ ਪੜ੍ਹ ਕੇ ਸਾਈਂ ਵਾਰਸ ਸ਼ਾਹ ਨੂੰ ਉੱਠਿਆ, ਤਾਂ ਉਹਦੀਆਂ ਇੰਨਾ, ਹਨਾ, ਉਦੋਂ ਗਾਣਾ ਸੀ ਮੇਰਾ ਜਰਜੋਰ ਜਵਾਨੀ ਦਾ ਕਦੇ ਮਾਣ ਨਾ ਕਰੀਏ ਵੀ, ਅਤੇ ਜ਼ਰੂਰ ਉਹਦਾ ਪ੍ਰਭਾਵ ਪੈਂਦਾ ਜੇ ਤੁਸੀਂ ਪੜ੍ਹਦੇ ਤਾਂ ਕਿਸੇ ਚੀਜ਼ ਨੂੰ। ਹਾਂ, ਅਸੀਂ ਤਾਂ ਇਹੀ ਕਹਾਂਗੇ ਕਿ ਤੁਹਾਡੀ ਗਾਣਿਆਂ ਦਾ ਪ੍ਰਭਾਵ ਬਹੁਤ ਹੈ ਅੱਜ ਵੀ, ਚਾਹੇ ਨੌਜਵਾਨ ਪੀੜ੍ਹੀ ਹੈ, ਚਾਹੇ 90 ਦੇ ਬੱਚੇ, ਚਾਹੇ ਜਿੱਦਾਂ ਮੈਂ ਹਾਂ 90s ਕਿਡ ਹੋਣ, ਚਾਹੇ 80s ਕਿਡ ਹੋਣ, ਜਾਂ ਅੱਜ ਦੇ ਬੱਚੇ ਹੋਣ, ਮੈਨੂੰ ਲੱਗਦਾ ਕਿ ਹਰ ਕਿਸ ਨੂੰ ਪਤਾ ਹੈ ਕਿ ਮਦਨ ਮੱਦੀ ਕੌਣ ਹੈ ਅਤੇ ਉਹਨਾਂ ਦੇ ਗੀਤਾਂ ਬਾਰੇ ਪਤਾ ਹੈ। ਅਸੀਂ ਤਾਂ ਇਹੀ ਚਾਹਾਂਗੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਹੁਣ ਨਵੇਂ ਗਾਣੇ ਜਿਹੜੇ ਹੈ ਉਹ ਵੀ ਰੈਡੀ ਹੈਗੇ ਆ, ਅਤੇ ਤੁਸੀਂ ਉਸ ਨੂੰ ਜਲਦੀ ਰਿਲੀਜ਼ ਕਰੋ, ਤਾਂ ਕਿ ਇਹ ਜਿਹੜੇ ਮਿਊਜ਼ਿਕ ਤੁਹਾਡੇ ਹੋਣ ਆਉਣ ਵਾਲੇ ਉਹਨਾਂ ਵੀ ਲੋਕ ਬਹੁਤ ਇੰਜੋਏ ਕਰਨ। ਬਿਲਕੁਲ ਜੀ, ਬਹੁਤ ਆਪਣੇ ਵੱਲ ਤਾਂ ਪੂਰੀ ਕੋਸ਼ਿਸ਼ ਆ ਜੀ, ਅਤੇ ਅਸੀਂ ਵਧੀਆ ਤਰੀਕੇ ਨਾਲ ਦੇਈਏ ਆਪਣੀ ਜਿੰਨੀ ਆਡੀਅੰਸ ਆ, ਅਤੇ ਜਿੱਦਾਂ ਪਹਿਲੇ ਗਾਣਿਆਂ ਨੂੰ ਪਿਆਰ ਕੀਤਾ ਉਹਨਾਂ ਨੇ, ਅਤੇ ਜ਼ਰੂਰ ਸੁਣਨ ਅਤੇ ਪਿਆਰ ਕਰਨ ਜੀ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਦੇ ਲਈ। ਸਾਡੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ ਜਾਂਦਿਆਂ ਦੇ ਤੁਸੀਂ? ਮੈਂ ਜੀ, ਜਿੰਨੇ ਵੀ ਸਾਡੇ ਸਰੋਤੇ ਆ ਜੀ, ਮੇਰਾ ਖਿਆਲ ਆਪਾਂ ਜਿੰਨੇ ਪੰਜਾਬੀ ਸਰੋਤੇ, ਮੈਂ ਤਾਂ ਇਹੀ ਕਹੂੰਗਾ ਜੀ ਵੀ ਆਪਾਂ ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟਣਾ, ਪੰਜਾਬੀ ਸੁਣੀਏ ਅਤੇ ਪੰਜਾਬੀ ਬੋਲੀਏ, ਅਤੇ ਇਹੀ ਕੋਸ਼ਿਸ਼ ਆ ਸਾਡੀ ਵੀ ਆਪਣੀ, ਤੁਸੀਂ ਸੁਣ ਕੇ ਸੇਵਾ ਕਰੋ ਅਤੇ ਅਸੀਂ ਗਾ ਕੇ ਸੇਵਾ ਕਰੀਏ ਪੰਜਾਬੀ ਮਾਂ ਬੋਲੀ ਦੀ। ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਦਿਨ ਸਾਡੇ ਨਾਲ ਮਦਨ ਮੱਦੀ ਜੀ, ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ। ਔਰ ਮਦਨ ਮੱਦੀ ਜੀ ਦਾ ਕਿਹੜਾ ਗੀਤ ਤੁਹਾਡਾ ਫੇਵਰੇਟ ਰਿਹਾ, ਕਿਸ ਗੀਤ ਨੂੰ ਤੁਸੀਂ ਔਨ ਰਿਪੀਟ ਸੁਣਦੇ ਰਹੇ ਹੋ, ਜ਼ਰੂਰ ਕਮੈਂਟ ਵਿੱਚ ਦੱਸੋ। ਸਤਿ ਸ਼੍ਰੀ ਅਕਾਲ।